टूआ बचाना ना प्या छित्तर संगला आया बड़ा भोजे नजा अपने पिंड अकवाड़िया तो पुराने चीजा भालता फिरता भरजाई लुको के रखी फिरता छित्र ना मित्र लो जी मित्र प्यार श्री भोजरा भोजा जी अपना सुपना दसन लगे है। सुपना की आया अपने निके दा सुपने च व्याह हो गया बस नजारे ही नजारे तू अपने निके दा व्याह कर क्यों नहीं लेंदी कोई चज दी कुड़ी मिले ता व्याह करा और नकंदा ना फेरे करता लै भूआ बच कोई बचोला पर लै भाई मैं तो बथेरियां टक्करा मारतियां ठीक आ तू समझ ला कि मैं आई गई तेरी काटी हुन चकीरो चैलदारनी बन चुकी आ ते तेरा कस्तूरे भी हुन जुक्ति मल हो गया अच्छा ता फोन तू मेनू कीता सी हां मैं ही कीता सी एक पुराना अखबार मिलया सी जित्ते तुसी व्याह दा इश्तिहार दित्ता सी थल्ले फोन नंबर दित्ता सी मैं कहा फोन मिला के देख लिए शायद कोई जुक्त लड़ जे लड़ी कोई जुक्त इना च केड़ी कुड़ी मेरी नौ बन सकती है इना कुड़ियां दी तो पहले ही जुक्त लड़ी हुई है मेरा मतलब मंगियां हुई हैं एक कुड़ी हैगी है सोहनी सनखी उच्ची लम्मी पर थोड़ी मोटी है मोटी आ टोंटन दानी मुंडा मेरा पर निक्का निक्का है कोई बौना तो नहीं ਬਾਪੂ ਦਾ ਫੋਨ ਸੀ ਸਾਡੀ ਭਾਨੋ ਦਾ ਵਿਆਹ ਪੱਕਾ ਹੋ ਗਿਆ ਇਸ ਕਰਕੇ ਮੈਨੂੰ ਜਾਣਾ ਪੈਣਾ
ਲੈ ਵੀ ਗੱਲ ਸੁਣ ਲੈ ਨਿੱਕਿਆ ਓ ਖੜਾ ਤੇਰੇ ਲਈ ਸਕੂਟਰ ਤੈਨੂੰ ਦਿੱਤਾ ਗਿਫਟ ਮੋਟਰਸਾਈਕਲ ਤੇ ਤੂੰ ਚੜਨ ਜੋਗਾ ਨਹੀਂ ਉਹ ਟੁੱਟਿਆ ਜਾ ਸਕੂਟਰ ਓ ਭਾਈ ਸਾਹਿਬ ਟੁੱਟਿਆ ਕੋਈ ਨਹੀਂ ਹਜੇ ਕੱਲ ਹੀ ਲਿਆ ਬਲਵੰਤ ਕੁਵਾੜੀਆ ਕੋਲੋਂ ਨਵਾਂ ਨਾਲੇ ਜਿਹੇ ਜੇ ਆਲੇ ਉਹ ਜੇ ਕੁੱਜੇ ਕੀ ਮਤਲਬ ਹੋ ਤੇਰਾ ਉਹ ਮੇਰਾ ਮਤਲਬ ਜਿਹੇ ਜਾ ਨਿੱਕਾ ਉਹੇ ਜਾ ਸਕੂਟਰ ਕਿਉਂ ਮੈਨੂੰ ਕੀ ਹੋਇਆ ਹੋਇਆ ਤਾਂ ਸਕੂਟਰ ਨੂੰ ਵੀ ਕੁਛ ਨਹੀਂ ਭਾਈ ਸਾਹਿਬ ਗੱਲ ਸੁਣੋ ਤੁਹਾਡੀ ਭੈਣ ਦਾ ਤਰਿਆ ਵਿਆਹ ਜਾ ਕੇ ਸਕੂਟਰ ਉਹਨੂੰ ਦਵੋ ਦਾਜ ਚ ਆਪਣੇ ਜੀਜੇ ਨੂੰ ਕੋਈ ਗੱਲ ਨਹੀਂ ਉਹ ਜੀ ਦੀ ਕਿਸਮਤ ਚ ਉਹ ਉਹਨੂੰ ਵੀ ਮਿਲਣਾ ਕੋਈ ਚੱਕਰ ਨੀ ਉਹ ਤੂੰ ਜਾ ਡੰਡੀ ਪੈ ਉਹ ਡੰਡੀ ਕਿਉਂ ਮੈਂ ਛੜਕ ਪਾਉਂਗਾ ਮੇਰੇ ਪਾ ਮਿੱਜੇ ਦੇ ਪੈ ਜਾ ਯਾਰ ਉਹ ਗੁੱਸੇ ਕਿਉਂ ਹੋਈ ਜਾਂਦਾ ਜਾਨਾ ਮੈਂ ਜਾਨਾ ਤੂੰ ਜਾ 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 ਮੈਂ ਜਾ ਜਾਨਾ ਫਿਰ ਮੈਂ ਖਾ ਜਾਣਾ ਹੋਈ ਜਾ ਜਾਨਾ ਜਾਨਾ ਫਿਰ ਨਹੀਂ ਰੱਖਣਾ ਸਕੂਟਰ ਚੱਲਣਾ ਕਿਉਂ ਨੀ ਇੱਕ ਵਾਰੀ ਸਟਾਰਟ ਹੋ ਜਾਣ ਦੇ ਤਾਂ ਜਾਊ ਬੰਬੂ ਕਿਆ ਟੈਂਗੂ ਕੋਈ ਨੀ ਹੁਣ ਤਾਂ ਸਟਾਰਟ ਹੈ ਦੇਖੀ ਜਾਂਦਾ ਜੰਬੋ ਜੈਨ ਟੈਂਗੂ ਸਹੀ ਪਿਆ ਯਾਰ ਗੱਲ ਕੀ ਆ ਇਹਦੇ ਚ ਨਾ ਕਿਤੇ ਨੁਸਕ ਹੋਵੇ ਇੱਥੇ ਵੀ ਨੁਸਕ ਪਿਆ ਪਿਆ ਨੁਸਕ ਦਾ ਸਾਰਾ ਮੇਰਾ ਇੱਥੇ ਆ ਭਾਨਾ ਸਿਆ ਦਿਮਾਗ ਹੈਗਾ ਤੇਰਾ ਉਹ ਭਾਨਿਆ ਆਹ ਕੀ ਭਾਣਾ ਵਰਤ ਗਿਆ ਉਹ ਯਾਰ ਮੇਰੇ ਸਾਲੇ ਦਾ ਨੁਸਕ ਨੀ ਸੀ ਪਤਾ ਲੱਗਦਾ ਹੁਣ ਨੁਸਕ ਦਾ ਪਤਾ ਲੱਗ ਗਿਆ ਮੇਰੇ ਕੋਲੇ ਪਾਨਾ ਹੈ ਨੀ ਪਾਨਾ ਨਹੀਂ ਮਰੋ ਯਾਰ ਇੱਕ ਮਿੰਟ ਖੜੇ ਆ ਭਾਂਡੇ ਪਾਨਾ ਤਾਂ ਹੈ ਨੀ ਫੇਰ ਹੁਣ ਆਰਾਮ ਨਾਲ ਗਈ ਆ ਚੱਲੀਏ ਪਿੰਡ ਇਹ ਵੀ ਠੀਕ ਹੈ ਆਉਣਾ ਮੈਂ ਪੱਲੀ ਚ ਦੁੱਖ ਦੋ ਚੱਲ ਇਧਰੋਂ ਬੰਨ ਲੈ ਮੈਂ ਤੂੜੀ ਨੀ ਬੰਨਦੇ ਹੁੰਦੇ ਐਂ ਬੰਨ ਲੂ ਆਏ ਚੱਲ ਕਾਲੇ ਤੂੰ ਪਿੰਡ ਪਹੁੰਚ ਭੂਆ ਉਡੀਕਦੀ ਹੋਣੀ ਹੈ ਮੈਂ ਭਾਂਡੇ ਨੂੰ ਲੈ ਕੇ ਪਹੁੰਚਦਾ ਜਲਦੀ ਪਹੁੰਚ ਓ ਤੁਸੀਂ ਤਾਂ ਟਾਈਮ ਨਾਲ ਜਾਉੜੋਗੇ ਮੈਨੂੰ ਤਾਂ ਭੂਆ ਗੁੱਟੂਗੀ ਯਾਰ ਭੂਆ ਕੁਛ ਨਹੀਂ ਆਉਂਦੀ ਨਿਕਲ ਤੂੰ ਫਟਾਫਟ ਪਿੰਡ ਨੂੰ ਆ ਬੰਨਿਆ ਬੰਨ ਲੈ ਸਮਾਨ ਸਾਰਾ ਸਾਰਾ ਸਮਾਨ ਮੰਨ ਲਿਆ ਤੜਕੇ ਮਿਲ ਜਾਣਾ ਆਪਾਂ ਨੂੰ ਪਾਨਾ ਤੜਕੇ ਨੂੰ ਫਿੱਟ ਕਰਦੀ ਇਹਨੂੰ ਪਾਨਾ ਫਿਰ ਆਪਣੀ ਭੈਣ ਭਾਂਡੇ ਨੂੰ ਦੇ ਕੇ ਦਹੇਜ ਦੇ ਵਿੱਚ ਨਵਾਂ ਨਿਕਰ ਜੀਜੇ ਨਾਲ ਬੈਠ ਕੇ ਜਾਇਆ ਕਰੂ ਮੇਰੀ ਭੈਣ ਚੱਲ ਮੇਰੇ ਸਕੂਟਰ ਨੂੰ ਵੀ ਆਪਣੇ ਨਿੱਕੇ ਨਾਲ ਲਾਭ ਹੋ ਗਿਆ ਛੋਰੀ ਛੋਰੀ
ਮੇਰੇ ਤੋਂ ਗਲਤੀ ਹੋ ਗਈ। ਐਡੇ ਸੋਹਣੇ ਛਣਖੇ ਗੱਭਰੂ ਨਾਲ ਮੈਂ ਗੰਦੇ ਹੱਥ ਪੂੰਝਦੇ। ਉਹ ਮੇਰੇ ਨਾਲ ਚੇਡਾ ਨਾ ਕਰ, ਮੈਂ ਤੈਨੂੰ ਦੱਸਾਂ। ਤੇ ਬਸ ਕਰ, ਕਿਉਂ ਜਵਾਬ ਨੂੰ ਠਿੱਠ ਕਰੀ ਜਾਂਦਾ। ਆਹੋ ਭੂਆ, ਹਲੇ ਦਾ ਜਵਾਬ ਕੀ ਆ? ਹਲੇ ਤਾਂ ਇਹ ਜ਼ਮੀਨ ਚੋਂ ਹੀ ਉੱਗਦਾ। ਤੂੰ ਮੇਰੇ ਨਾਲ ਫੇਰ ਚੇਡਾ ਕਰ ਗਿਆ, ਤੈਨੂੰ ਮੈਂ ਦੱਸਾਂ, ਮੈਂ ਤੇਰੇ ਨਾ ਇੱਟ ਮਾਰਨੀ ਚੱਕ ਕੇ। ਜੇ ਤੂੰ ਇੱਟ ਚੁੱਕੀ ਨਾ, ਇੱਟ ਭਾਰੀ ਹੁੰਦੀ ਆ, ਤੇਰੇ ਚੱਕ ਪੈ ਜੂ। ਉਹ ਤੂੰ ਹਟ ਜਾ, ਜੇ ਮੈਂ ਗਰਮ ਹੋ ਗਿਆ ਦੇਖਦੀ। ਓ ਨਾ ਨਾ, ਜੇ ਤੂੰ ਗਰਮ ਹੋ ਗਿਆ ਤੈਨੂੰ ਪਾਣੀ ਦੀ ਬਾਲਟੀ ਦੇ ਵਿੱਚ ਡੁਬੋ ਕੇ ਬਾਹਰ ਕੱਢ ਕੇ, ਵਿੱਚ ਡੁਬੋ ਕੇ ਬਾਹਰ ਕੱਢ ਕੇ ਫਿਰ ਤੌਲੀਏ ਨੂੰ ਨਿਚੋੜ ਕੇ ਠੰਡਾ ਕਰ ਲਾਂਗੇ। ਓ ਯਾਰ ਭਾਨੇ, ਵਿਆਹ ਵਾਲੇ ਮੁੰਡੇ ਨਾਲ ਨਾ ਮਜ਼ਾਕ ਨਹੀਂ ਕਰੀਦਾ ਹੁੰਦਾ ਬਾਲਾ। ਓ ਕੋਈ ਨੀ ਕੋਈ ਨੀ, ਓ ਵਿਆਹ ਵਾਲੇ ਮੁੰਡੇ ਦਾ ਇਹੋ ਜਿਹੇ ਛੁੱਕ ਨਾ, ਗੱਭਰੂ ਜਵਾਨ ਮੁੰਡੇ ਨੇ ਤਾਂ ਮਜ਼ਾਕ ਕਰਨ ਦਾ ਸੁਭਾਅ ਵੀ ਬੜਾ ਹੁੰਦਾ। ਵੇ ਤੇਰੀ ਭੈਣ ਦਾ ਵੀ ਤਾਂ ਵਿਆਹ, ਜਾ ਕੇ ਉਹਨੇ ਨਾ ਕਰ ਲਾ ਚੱਡਾ। ਵੇ ਜੇ ਤੇਰੀ ਭੈਣ ਨੂੰ ਗੋਣਾ ਮੁੰਡਾ ਮਿਲ ਜੇ ਫੇਰ। ਜੇ ਮੇਰੀ ਭੈਣ ਨੂੰ ਛਾਡੀ ਭਾਨੇ ਨੂੰ ਇਹਦੇ ਵਰਗਾ ਬੌਣਾ ਮੁੰਡਾ ਮਿਲ ਜੇ, ਮੈਂ ਤਾਂ ਕਰ ਦੂੰ ਸਾਰੀ ਬਰਾਤ ਦੀ ਲੱਛੀ। ਚੰਗਾ ਭੂਆ, ਮੈਂ ਜਾਣਾ ਫੇਰ। ਜਾ ਭਾਈ ਜਾ, ਮੈਂ ਤੈਨੂੰ ਕਦੇ ਰੋਕਦੀ ਆ। ਭੂਆ, ਮੈਂ ਇੱਕ ਗੱਲ ਕਹਿੰਦਾ ਸੀ ਵੀ ਨਿੱਕੇ ਦੇ ਵਿਆਹ 'ਚ ਸਕੂਟਰ ਤੁਸੀਂ ਰੱਖ ਹੀ ਲਵੋ। ਵੀ ਲੈ ਜਾ ਇਹਨੂੰ, ਲੈ ਜਾ, ਨਹੀਂ ਮੈਂ ਅੱਗ ਲਾ ਦੂੰ ਇਹਨੂੰ। ਨਾ ਨਾ ਨਾ, ਤੂੰ ਇਹ ਅੱਗ ਨਾ ਲਈ, ਪਤਾ ਕੀ ਹੈ ਇਹ ਤਾਂ ਛਗਨਾ ਦੀ ਚੀਜ਼ ਹੈ, ਇਹ ਤਾਂ ਰੱਖਣਾ ਹੀ ਪੈਣਾ। ਛਗਨਾ ਦੀ ਚੀਜ਼ ਆ? ਐ ਨੀ ਕਹੀਦਾ ਹੁੰਦਾ ਭੂਆ ਜੀ, ਕੋਈ ਪਤਾ ਨੀ ਹੁੰਦਾ ਰੱਬ ਦੇ ਰੰਗਾਂ ਦਾ। ਆ ਦੇਖ ਲਾ, ਇਹਨੂੰ ਮੇਰੇ ਛਾਲੇ ਨੂੰ ਰਿਸ਼ਤਾ ਨਹੀਂ ਸੀ ਹੁੰਦਾ, ਇਹਨੂੰ ਵੀ ਤਾਂ ਰਿਸ਼ਤਾ ਹੋ ਹੀ ਗਿਆ। ਕੋਈ ਨਾ ਪੁੱਤ, ਹੁਣ ਜਾਂਦਾ ਹੀ ਹੈ। ਇਹ ਕੀ ਪਤਾ, ਇਹ ਤਾਂ ਮੁੜੇ ਆਉਂਦਾ। ਕੋਈ ਨੀ ਭੂਆ, ਹੁਣ ਨੀ ਮੁੜਨ ਦਿੰਦੇ ਭਾਨੇ ਨੂੰ। ਮੈਂ ਕਾਲੇ ਨੂੰ ਭੇਜਿਆ ਰਿਕਸ਼ਾ ਲੈਣ, ਭਾਨਾ ਤੇ ਭਾਨੇ ਦਾ ਸਕੂਟਰ ਬੱਸ ਤੇ ਚੜਾ ਕੇ ਹੀ ਮੁੜੂ ਅੱਜ ਤਾਂ ਮੈਂ। ਆਹ ਗੱਲ ਠੀਕ ਹੈ, ਐਵੇਂ ਸਾਡੇ ਨਿੱਕੇ ਨੂੰ ਛੇੜੀ ਜਾਂਦਾ, ਅਸੀਂ ਥੋੜੇ ਜਿਹਾ ਛੇੜਨ ਨੂੰ ਪਲਾ। ਯਾਰ ਹੁਣ ਤੂੰ ਲਾ ਲਿਆ, ਫੇ ਮੇਰੀ ਗੱਲ ਸੁਣ ਭੋਜਿਆ। ਆ ਤੁਸੀਂ ਇਹ ਟਿੰਡ ਪੌੜੀ ਜੀ ਬੰਨੋ ਕੇ ਰਿਕਸ਼ੇ ਵਾਲੇ ਆਉਂਦਾ ਹੀ ਹੋਣਾ, ਮੁੜ ਕੇ ਐਵੇਂ ਚੱਲ ਲਾਉਂਗੇ। ਚਲੋ ਤੁਰੋ ਇੱਥੋਂ। ਓ ਕੋਈ ਨੀ ਭੂਆ, ਕਰ ਨੂੰ ਤੂੰ ਫਿਕਰ ਨਾ ਕਰ, ਮੇਰੇ ਕੋਲੇ ਟਾਈਮ ਹੀ ਟਾਈਮ ਹੈ, ਤੁਸੀਂ ਅੱਜ ਕੰਮ ਕਰ ਲਓ, ਮੈਂ ਕੱਲ ਨੂੰ ਚਲੇ ਜਾਊਂਗਾ। ਤੂੰ ਸਾਡੀ ਜ਼ਿੰਦਗੀ ਖਰਾਬ ਨਾ ਕਰ, ਚੱਕਾ ਦੀ ਟਿੰਡ ਪੌੜੀ ਤੇ ਤੋਤਾ ਬਣ ਇੱਥੋਂ। ਆ ਲੈ ਭੂਆ, ਗਰਮ ਨਾ ਹੋਇਆ ਕਰ। ਲੈ ਭੂਆ, ਉਹ ਕੁੜੀ ਕਿੰਨੇ ਕਰਮ ਵਾਲੀ ਹੋਣੀ ਹੈ ਜਿਹਨੂੰ ਨਿੱਕੇ ਵਰਗਾ ਪਤੀ ਮਿਲਣ ਲੱਗਿਆ। ਭਾਨੇ ਤੂੰ ਵੀ ਕਿੰਨੇ ਕਰਮਾਲ ਹੈ, ਦੇਖ ਤੈਨੂੰ ਵੀ ਰਿਕਸ਼ਾ ਮਿਲਣ ਲੱਗਿਆ। ਚੱਲ ਭਰਾਵਾ ਚੱਕ ਯਾਰ। ਚੱਲ ਮੈਂ ਜਾਣਾ ਭੂਆ, ਜਾਂਦੇ ਜਾਂਦੇ ਇੱਕ ਛੋਟਾ ਜਿਹਾ ਕੰਮ ਕਰ ਗਿਆ, ਮੈਂ ਬੋਲੀ ਪਾ ਲਾ। ਮੂੰਹ ਸੰਭਾਲ ਕੇ ਗੱਲ ਕਰਿਆ ਕਰੋ, ਮੈਂ ਤੁਹਾਡੀ ਬੜੀ ਰਿਸਪੈਕਟ ਕਰਦਾ। ਲੈ ਫਿਰ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਪਾਵੇ। ਉਹ ਪਾਵੇ ਭੂਆ ਜੀ, ਮੈਂ ਤਾਂ ਕਿਹਾ ਇਹਦੇ ਕਿ ਜਿੱਦੇ ਹੁੰਦੇ ਕਰਕੇ। ਆਹੋ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਪਾਵੇ। ਸਕੂਟਰ ਫਾਨੇ ਦਿਆ ਰਿਆਕਸ਼ੇ ਉੱਤੇ ਜਾਵੇ, ਸਕੂਟਰ ਫਾਨੇ ਦਿਆ ਰਾਚੇ ਉੱਤੇ ਜਾਵੇ, ਸਕੂਟਰ ਫਾਨੇ ਦਿਆ ਰਾਚੇ ਉੱਤੇ ਜਾਵੇ, ਸਕੂਟਰ ਫਾਨੇ ਦਿਆ ਰਾਚੇ ਉੱਤੇ ਜਾਵੇ, ਸਕੂਟਰ ਫਾਨੇ ਦਿਆ। ਹਮ ਜੀ, ਚੱਲ ਕੋਈ ਨੀ, ਮੈਂ ਫਿਰ ਜਾਣਾ। ਚਲੋ ਕੱਟੋ ਸਮਾਨ, ਫਿਰ ਚੱਪਲਾਂ ਲਿਓ। ਖਰਚਾ ਖਰਚਾ ਆ ਗਿਆ, ਖਰਚਾ ਦਿਓ ਮਿੰਟ। ਐਂ ਕਰਦੇ ਆ ਆਪਾਂ, ਬੁਲਾਉਣੇ ਕੱਪੇ ਨੂੰ। ਏ ਹੈਲੋ, ਕੱਪਾ ਸਪੀਕਿੰਗ ਆਉਣ ਦਾ ਫੋਨ, ਤੁਸੀਂ ਕੌਣ? ਓਏ ਕੱਪੇ, ਮੈਥੋਂ ਹੁਣੇ ਨਾ ਖਾ ਲਈ ਤੱਫੇ, ਪੰਜਾਬੀ ਬੋਲਣੀ ਨਹੀਂ ਆਉਂਦੀ ਤੇ ਅੰਗਰੇਜ਼ੀ ਨੂੰ ਜੱਫੇ। ਤੂੰ ਆਏ ਕਰ, ਆਪਣੇ ਨਿੱਕੇ ਜੈਲਦਾਰ ਦਾ ਵਿਆਹ ਹੈ, ਬਰਾਤ ਜਾਣੀ ਹੈ, ਜਲਦੀ ਆ ਜਾ ਤਿਆਰ ਹੋ ਕੇ ਯਾਰ। ਓ ਮੈਂ ਨਹੀਂ ਜਾ ਸਕਦਾ, ਇੱਥੇ ਤਾਂ ਮਾਤਾ ਨਿਕਲੀ ਆ। ਮਾਤਾ ਨਿਕਲੀ ਹੈ ਕਿਹਦੇ ਨਾਲ? ਅੱਛਾ, ਪਿਓ ਨਾਲ ਨਿਕਲ ਗਈ। ਓ ਯਾਰ, ਫੇਰ ਕੀ ਫਾਇਦਾ ਹੋਇਆ, ਇਹ ਤਾਂ ਘਰ ਦੀ ਘਰ ਚ ਹੀ ਰਹਿ ਗਈ। ਨਹੀਂ ਯਾਰ, ਪਿੰਡ ਦੇ ਕਿਸੇ ਬੰਦੇ ਨਾਲ ਨਿਕਲ ਗਈ, ਫੇਰ ਠੀਕ ਹੈ, ਪਿੰਡੇ ਤੇ ਨਿਕਲੀ ਆ। ਓ ਯਾਰ ਤੂੰ ਆ ਜਾ, ਤੇਰੇ ਦੱਸ ਪਿੰਡੇ ਦੇ ਕੀ ਆਪਾਂ ਬਟਨਾ ਮੰਨਣਾ। ਓ ਮੈਂ ਨਹੀਂ ਆਉਂਦਾ ਯਾਰ, ਮੇਰਾ ਤਾਂ ਬਾਪੂ ਆਊਗਾ। ਬਾਪੂ ਜਾਊਗਾ? ਮਰ ਗਏ ਯਾਰ ਇਹ ਤਾਂ। ਕਿਉਂ, ਹੁਣ ਕੀ ਹੋ ਗਿਆ? ਓਹੋ ਯਾਰ, ਤੇਰੇ ਬਾਪੂ ਦਾ ਤਾਂ ਤੈਨੂੰ ਚੰਗਾ ਭਲਾ ਪਤਾ ਹੈ, ਉਹ ਇੱਕ ਨੰਬਰ ਦਾ ਸ਼ਰਾਬੀ, ਨਿਕੰਮਾ, ਲੜਾਕਾ ਤੇ ਸਿਰੇ ਦਾ ਨਗੋਚੀ ਆ। ਉਹਦਾ ਸਾਰੇ ਪਿੰਡ ਨੂੰ ਪਤਾ, ਇਹ ਤਾਂ ਪੈ ਗਿਆ ਪੰਗਾ। ਪੁੱਠਾ ਪੰਗਾ ਲੈ ਲਿਆ ਚੱਟੀਏ, ਐਵੇਂ ਬੋਕਦੇ ਸਿੰਘਾਂ ਨੂੰ ਹੱਥ ਲਾ ਕੇ। ਪੁੱਠਾ ਪੰਗਾ ਲੈ ਲਿਆ ਜੱਟੀਏ। ਇੱਕ ਗੱਲ ਆ, ਆਪਣੇ ਨਿੱਕੇ ਦਾ ਹੈਗਾ ਵਿਆਹ ਤੇ ਵਿਆਹ ਵਾਲਾ ਘਰ ਆ,
ਕੋਈ ਨੱਚਣ ਟੱਪਣ ਦਾ ਪ੍ਰਬੰਧ, ਕੋਈ ਡੀਜੇ ਦਾ ਇੰਤਜ਼ਾਮ। ਤੂੰ ਟੈਨਸ਼ਨ ਨਾ ਲੈ ਭੂਰੇ, ਇਹ ਆਹ ਫੜ ਸਪੀਕਰ, ਕੋਠੇ ਤੇ ਚੜ ਜਾ ਕੇ ਮੈਂ ਕਰਦਾ ਡੀਜੇ ਦਾ ਇੰਤਜ਼ਾਮ। ਕੋਠੇ ਤੇ ਸਪੀਕਰ ਦੀ ਗੱਲ ਦੀ ਗੱਲ, ਕੋਈ ਡੀਜੇ ਰੂਜੇ ਨਹੀਂ ਲਾਉਣਾਗਾ। ਐਵੇਂ ਕੱਲ ਖਾਂਦੇ ਰਹਿੰਦੇ, ਅਸੀਂ ਤਾਂ ਦੇਸੀ ਕਿੱਦਾਂ ਪਾਉਣਾ ਕਿੱਦਾਂ, ਜਾਗੋ ਕੱਢਣੀ ਆ ਜਾਗੋ, ਕੋਈ ਨਹੀਂ ਡੀਜੇ ਨੂੰ ਚਲਾਉਣਾ, ਕੋਈ ਨਹੀਂ ਲਾਉਣਾ ਡੀਜੇ ਨੂੰ। ਜੇ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਸੂਆ ਬਈ, ਬਾਰੀ ਬਰਸੀ ਖੱਟਣ ਗਿਆ ਸੀ। ਕੀ ਖੱਟ ਲਿਆਂਦਾ? ਉਹ ਖੱਟ ਕੇ ਲਿਆਂਦਾ ਸੂਆ, ਤੂੰ ਗਾਹਾਂ ਨਾ ਹੋ ਜਾਏ ਮੱਖੀ ਚ ਵੱਜੂਗਾ ਤਿੱਖਾ ਬਹੁਤ। ਉਹ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਸੂਆ, ਗਿੱਧਾ ਤਾਂ ਸੱਜਦਾ ਨੱਚੇ ਜੰਗੀ ਉਹ ਕੂਆ, 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 ਗਿੱਧਾ ਤਾਂ ਸੱਜਦਾ। ਬਈ ਬਾਰੀ ਬਰਸੀ ਖੱਟਣ ਗਿਆ ਸੀ, ਕੀ ਖੱਟ ਲਿਆਂਦਾ? ਬਈ ਖੱਟ ਕੇ ਲਿਆਂਦੀ ਊਰੀ, ਊਰੀ ਅਕਾਡੀ ਹੁਣ ਜਗੀਰੋ ਬਣ ਗਈ, ਜੁਗਤੀ ਮਲ ਕਸਤੂਰੀ ਆਪੇ ਸਮਝੂਗੀ ਮੇਰੀ ਹੀਰ ਮਚਾਜਣ ਪੂਰੀ, ਆਪੇ ਸਮਝੂਗੀ ਮੇਰੀ ਹੀਰ ਮਚਾਜਣ ਪੂਰੀ, ਆਪੇ ਸਮਝੂਗੀ ਹੀਰ ਮਚਾਜਣ ਪੂਰੀ, ਆਪੇ ਸਮਝੂਗੀ ਹੀਰ ਮਚਾਜਣ ਪੂਰੀ, ਆਪੇ ਸਮਝੂਗੀ। ਗੱਲ ਨੀ ਸੁਣੀ? ਨੀ ਕੀ? ਨੀ ਆਪਣੇ ਚਬਾਰੇ ਪਟ ਮੇਲਣ ਨੀ ਆਈ? ਨੀ ਬੂ ਪਟ ਮੇਲਣ, ਨੀ ਜਿਹਦੀ ਮੋਟੀ ਮੋਟੀ ਅੱਖ ਅੱਖ ਅੱਖ, ਸਾਹਮਣੇ ਚਬਾਰੇ ਚ ਬੈਠੇ ਦਾ ਤੇਰੇ ਪੱਟੂ ਦਾ ਦਿਲ ਕਰੇ ਧੱਕ ਧੱਕ ਧੱਕ, ਨੀ ਮੈਂ ਤਾਂ ਕਹਿੰਨੀ ਆਪਦੇ ਪੱਟੂ ਨੂੰ ਸਾਂਭ ਕੇ ਰੱਖ ਰੱਖ ਰੱਖ, ਨੀ ਮੇਰੀ ਇਤਨੀ ਕੁ ਪਿੱਪਲੀ ਹਈ ਸ਼ਾਵਾ, ਮੇਰੀ ਇਤਨੀ ਕੁ ਪਿੱਪਲੀ ਹਈ ਸ਼ਾਵਾ, ਨੀ ਉੱਤੇ ਸੰਤਣਾ ਦਾ ਡੇਰਾ ਹਈ ਸ਼ਾਵਾ, ਉੱਤੇ ਸੰਤਣਾ ਦਾ ਡੇਰਾ ਹਈ ਸ਼ਾਵਾ, ਮਾਹੀ ਮੰਗਦੀ ਓ ਮੇਰਾ ਹਈ ਸ਼ਾਵਾ, ਮਾਹੀ ਮੰਗਦੀ ਓ ਮੇਰਾ ਹਈ ਸ਼ਾਵਾ, ਨੀ ਮੈਂ ਤਾਂ ਕਦੀ ਉਹਨਾ ਦੇਵਾ ਹਈ ਸ਼ਾਵਾ, ਮੈਂ ਤਾਂ ਕਦੀ ਉਹਨਾ ਦੇਵਾ ਹਈ ਸ਼ਾਵਾ, ਮੇਰਾ ਸੋਨਾ ਜਿਹਾ ਮਾਹੀ ਹਈ ਸ਼ਾਵਾ, ਮੇਰਾ ਸੋਨਾ ਜਿਹਾ ਮਾਹੀ ਹਈ ਸ਼ਾਵਾ। ਪਿੱਪਲਾਂ ਨੂੰ ਲੱਗ ਗਈਆਂ ਪਿੱਪਲ ਪਪੀਤੀਆਂ, ਕੋੜਾਂ ਨੂੰ ਲੱਗ ਗਈਆਂ ਗੋਲਾਹਾਣੀਆਂ, ਵੇ ਮੈਂ ਰੁੱਸੀ ਕਦੇ ਨਾ ਬੋਲਾਹਾਣੀਆਂ, ਵੇ ਮੈਂ ਰੁੱਸੀ ਕਦੇ ਨਾ ਬੋਲਾਹਾਣੀਆਂ। ਆ ਜਾਵੀਂ ਬਾਬਾ ਨਾਨਕ ਇਹੋ ਜਿਹੀਆਂ ਖੁਸ਼ੀਆਂ ਲੈ ਆਵੀਂ, ਬਾਬਾ ਨਾਨਕ ਇਹੋ ਜਿਹੀਆਂ ਖੁਸ਼ੀਆਂ। ਲਓ ਵੀ ਕਰੋ ਜੈਲਦਾਰਾਂ ਦੇ ਨਿੱਕੇ ਦੀ ਨਾਈ ਧੋਈ ਦੀ ਤਿਆਰੀ। ਚਲੋ ਨਿਕਲੀਓ ਗਾਓ ਗੀਤ। ਟੈਂਕੀ ਚੋ ਪਾਣੀ ਮੁੱਕਿਆ ਵਾ, ਟੱਬ ਨਾਲ ਮੈਂ ਨਾ ਲਿਆ। ਯਾਰ ਆਪਣਾ ਨਿੱਕਾ ਕਿਹੜਾ ਗੱਗੂ ਗੱਲ ਹੈ, ਇੱਕ ਜੱਗ ਪਾਣੀ ਦਾ ਲਿਆਓ ਤੇ ਨਿੱਕੇ ਜੈਲਦਾਰ ਨੂੰ ਚਾਹੇ ਤਿੰਨ ਵਾਰੀ ਨਵਾਓ। ਜੇ ਮੈਨੂੰ ਗੁੱਸਾ ਆ ਗਿਆ ਦੇਖ ਲਈ ਨਾ, ਮੇਰਾ ਲਾਲ ਗੁੱਸਾ ਨਹੀਂ ਕਰੀਦਾ ਹੁੰਦਾ। ਗੁੱਸਾ ਐਡੀ ਵੱਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਆ ਫੇਰ ਘਰ ਗਿਆ ਢੇਡ ਦੇਖ ਲੈ। ਬਸ ਕਰੋ ਬਸ ਕਰੋ, ਐਵੇਂ ਮੇਰੇ ਪੱਤਰ ਤੇ ਢੇਡਾ ਕਰੀ ਜਾਂਦੇ ਆ। ਨਾ ਵੀ ਨਾ, ਜੇ ਨਿੱਕਾ ਸਿਓ ਰੁੱਸ ਗਿਆ ਨਾ, ਤੇਨੇ ਸੱਚੀ ਬਰਾਤ ਨਹੀਂ ਜਾਣਾ, ਤੇ ਆਪਾਂ ਨੂੰ ਨਿੱਕਾ ਜੈਲਦਾਰ ਵੱਡੇ ਟਰੰਕ ਚ ਪਾ ਕੇ ਲੈ ਕੇ ਜਾਣਾ ਪਊ। ਆ ਜਵਾਬ ਤੂੰ ਕੋਈ ਨਹੀਂ ਹੈਗਾ, ਮੈਂ ਤਾਂ ਨੌਜਵਾਨ ਨੌਜਵਾਨ ਨਾ ਵੀ ਨਿੱਕਿਆ, ਰੋਣ ਲਈ ਤਾਂ ਸਾਰੀ ਜ਼ਿੰਦਗੀ ਪਈ ਹੈ, ਨਾਲੇ ਵਿਆਹ ਤੋਂ ਬਾਅਦ ਵੀ ਜਿਹੜਾ ਬੰਦਾ ਹੱਸਦਾ ਰਵੇ ਨਾ, ਤਾਂ ਸਮਝ ਲਓ ਉਹਦਾ ਵਿਆਹ ਠੀਕ ਨਹੀਂ ਹੋਇਆ। ਉਹ ਭੂਆ, ਜੇ ਗੁੱਸਾ ਨਹੀਂ ਕਰਦੀ ਤਾਂ ਮੈਂ ਤੈਨੂੰ ਇੱਕ ਸਲਾਹ ਦੇਵਾਂ। ਮੈਂ ਤਾਂ ਕਰੂੰਗੀ ਗੁੱਸਾ, ਮੈਨੂੰ ਨਹੀਂ ਚਾਹੀਦੀ ਤੇਰੀ ਸਲਾਹ। ਲੈ ਜੇ ਤੂੰ ਗੁੱਸਾ ਕਰਨਾ ਹੀ ਆ, ਸਲਾਹ ਦੇ ਹੀ ਦਿੰਦਾ ਵੀ ਇਹ ਸਿਹਰੇ ਬੰਨਣ ਵਾਲੀਆਂ ਕੁੜੀਆਂ ਔਖੀਆਂ ਹੋਣਗੀਆਂ, ਆਪਾਂ ਕੁਰਸੀ ਨੂੰ ਚੱਕ ਕੇ ਮੰਜੇ ਤੇ ਰੱਖ ਦਿੰਦੇ ਆ। ਫਿੱਟੇ ਮੂੰਹ ਤੇ
शराब दी कांड कड़ी होनी आ ओह बंदा तां बई तगड़ा ही होऊगा कोई। ए गल तेरी पक्की है मखना, ए तू जमा ज्ञान वाली गल कीती है। तू आए कर दो चार पेंग होर ला ला मोटे मोटे आ फड़। मैं होना हुणी ओए ठीक आ, जे मेरी लोड होई ना तां मैनू बुला लियो। हां सद लांगे ओ कंजर नु की पता, ओ तां पूड़ी वाले कोठे च ताड़िया। कोई गल नहीं कोई गल नहीं। पौड़ी लेके आओ काले, तू आए कर भज के पौड़ी चक के लिया। मेरे सोरे बोतल लिया मुर्गा रिन्नगे, मेरे साले ने मूंग की दाल धर ली लंघ के थां दे। जो गल केड़ी करदा, मैं पुछदा यार सारी गल कमाल दी हो गई। गल मैं पुछदा भाने नू, मैं करदा गल यार भाने नाल। भाने हो गया यार, मुंडे की कहंदे ने अपनी भांडो दा ब्याह पक्का हो गया। छच्ची खबर आ,
ਬਰਾਤ ਆਉਣ ਵਾਲੀ ਆ ਜਾਓ ਛਗਨ ਪਾ ਜਾਓ ਸਾਰੀ ਸੇਵਾ ਕਰਾਂਗੇ ਬੇਫਿਕਰ ਇਹਨਾਂ ਮੁੰਡਿਆਂ ਵਾਸਤੇ ਬੇਸਣ ਦੀ ਬਰਫੀ ਸਪੈਸ਼ਲ ਬਣਾਈ ਹੈ ਨਾਲ ਮੋਟੇ ਸੰਤਰੇ ਦਾ ਦਿਲ ਦਾ ਡੱਬਾ ਲਿਆਂਦਾ ਹੋਰ ਤਾਂ ਹੋਰ ਮੁਰਗਾ ਵੀ ਰਿੰਨਾ ਗੇ ਸਾਰੀ ਸੇਵਾ ਕਰਾਂਗੇ ਹਰ ਵਿਆਹ ਤੇਰਾ ਇਹੀ ਕੰਜਰ ਕੜਿਆ ਜਾਂਦਾ ਹਰ ਇੱਕ ਵਿਆਹ ਟਮਾਟਰ ਪਿੱਛੇ ਰੁੱਝ ਗਿਆ ਮੈਨੂੰ ਚਲਾਟਾ ਨਹੀਂ ਦਿੱਤਾ ਟਮਾਟਾ ਨਹੀਂ ਦਿੱਤਾ ਖੜ ਗਿਆ ਉਧਰ ਬਰਾਤ ਨਹੀਂ ਆਈ ਮੈਨੂੰ ਫਿਕਰ ਹੋਇਆ ਪਿਆ ਉੱਥੇ ਕਿ ਬਾਈ ਦਾ ਸਾਰਾ ਕੁਛ ਮਿਲੂਗਾ ਯਾਰ ਆਰਾਮ ਨਾਲ ਬੈਠਾ ਸਾਰਾ ਕੁਛ ਮਿਲੂਗਾ ਕੁੜੀ ਵਾਲੇ ਦਾ ਫੋਨ ਆ ਗਿਆ ਹੈਲੋ ਹਾਂ ਸਤਿ ਸ਼੍ਰੀ ਅਕਾਲ ਭਾਨਾ ਪਕੌੜਾ ਬੋਲਦਾ ਮੂਹਰਾ ਜੋਗਤੀ ਸਪੀਕ ਦਾ ਹਾਂਜੀ ਹਾਂਜੀ ਅੱਛਾ ਪਰ ਬਰਾਤ ਆਪਣੇ ਤੁਰ ਪੀ ਬਸ ਚੱਲ ਪੇ ਚੱਲ ਪੇ ਚੱਲ ਪੇ ਹਾਂ ਚੜ੍ਹਦਾ ਚੜ੍ਹਦਾ ਮੁੰਡਾ ਘੋੜੀ ਤੇ ਚੜ੍ਹਦਾ ਉਹ ਛੇਤੀ ਆ ਜਾਓ ਉਧਰ ਮੇਰਾ ਛਾਲਾ ਛਾਡਾ ਫੱਫੜ ਗਰਮ ਹੋਇਆ ਪਿਆ ਜਾਣਾ ਬਸ 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 ਆ ਗਏ ਆ ਗਏ ਆ ਗਏ ਤਿਆਰੀ ਰੱਖੋ ਤੁਸੀਂ ਆ ਜਾਓ ਆ ਜਾਓ ਛੇਤੀ ਆ ਜਾਓ ਹਾਂ ਓਕੇ ਬਾਈ ਓ ਹੈਲੋ ਨੀ ਬਾਂਧੋ ਟੈਕਾ ਬਹਿ ਜਾ ਝੂਠ ਪਾਣੇ ਕਰੀ ਟੱਪੂ ਟੱਪੂ ਕਰਦੀ ਬੰਦਿਆ ਬਰਾ ਜਾਉਣ ਵਾਲੀ ਆ ਉਧਰੋਂ ਅੰਦਰ ਵੜ ਜਾ ਜਾਣੀ ਆ ਮੈਂ ਬੋਲੀ ਜਾ ਨਾ ਨਾ ਤੂੰ ਤਾਂ ਹੋ ਜੇ ਸਾਲੀਆਂ ਨੇ ਝੱਗ ਝੁੱਗ ਜੀ ਪਾ ਦੀ ਨਾ ਕਿਤੇ ਵਿੱਚ ਹੀ ਨਾ ਦੱਬਿਆ ਜਾਈ ਝੱਗ ਵਾਲੀ ਸੀਸੀ ਤੇਰੇ ਨਾਲੋਂ ਵੱਡੀ ਹੁੰਦੀ ਆ ਆ ਦੇਖ ਲੈ ਬੇਬੇ ਉਰੇ ਵੀ ਨਹੀਂ ਹਟਦਾ ਉਰੇ ਵੀ ਝੱਡਾ ਕਰੀ ਜਾਂਦਾ ਕੋਈ ਨਾ ਪੁੱਤ ਕੋਈ ਨਾ ਹਾਥੀ ਤੁਰਦੇ ਰਹਿੰਦੇ ਕੁੱਤੇ ਭੌਂਕਦੇ ਰਹਿ ਜਾਂਦੇ ਕੋਈ ਨਾ ਪੁੱਤ ਕੋਈ ਨਾ ਉਹਦੇ ਮੈਂ ਇੱਕ ਗੱਲ ਪੁੱਛਾਂ ਪੁੱਛਾ ਜੇ ਜੈਲਦਾਰਾਂ ਦੇ ਹਾਥੀ ਐਡੇ ਐਡੇ ਹੁੰਦੇ ਆ ਫਿਰ ਕਤੂਰੇ ਦਾ ਜਮਾ ਹੀ ਐਡੇ ਐਡੇ ਹੁੰਦੇ ਹੋਣੇ ਭਾਵੇਂ ਬੀਮ ਵਾਲੀ ਡੱਬੀ ਚ ਪਾਈ ਕੁੜੀਓ ਬਈ ਕੁੜੀਓ ਰਿਬਨ ਦੇ ਹੇਠਾਂ ਦੀ ਲੰਘਣਾ ਤਾਂ ਬਦਸ਼ਗਨੀ ਹੁੰਦੀ ਆ ਆਪਾਂ ਕੋਈ ਹੋਰ ਲਾਉਂਦੇ ਆ ਸਕੀਮ ਲਾੜੇ ਨੂੰ ਚੱਕ ਕੇ ਉੱਤੋਂ ਨੀ ਸਿੱਟਦੇ ਆ ਆ ਜਾਓ ਬਈ ਕੁੜੀਓ ਵੀ ਭਾਈ ਮੈਂ ਸਲਾਹ ਦਿੰਨਾ ਤੁਸੀਂ ਬੈਠ ਕੇ ਰਿਬਨ ਫੜ ਲਓ ਨਾਲੇ ਤਾਂ ਲੜਾ ਸੌਖਾ ਨਾਲੇ ਤੁਸੀਂ ਸੌਖੀਆਂ ਫਿੱਟੇ ਮੂੰਹ ਤੇਰੀ ਸਲਾਹ ਤਾਂ ਇੱਕ ਹੋਰ ਵੀ ਆਈ ਆ ਮੈਂ ਕੁੜੀਆਂ ਨੂੰ ਕਹਿੰਦਾ ਵੀ ਰੇਵਣ ਖਿੱਚ ਕੇ ਫੜ ਲਿਓ ਹੋ ਸਕਦਾ ਤੇ ਪੌੜੀ ਲਾਉਣੀ ਪਵੇ ਝੱਗ ਪਾ ਦੀ ਹੈ ਕਰਦਾ ਕੀ ਹੈ ਜਵੇਰ ਦੀ ਗੱਲ ਤੁਸੀਂ ਲੈ ਦੇ ਕੇ ਜਵੇਰ ਕੇ ਕੰਮ ਪਰਾ ਕਰੋ ਚਾਹ ਪਿਆ ਕੇ ਮੁੜ ਕੇ ਨਿਆਂਦੀ ਵੀ ਕਰਾਉਣੇ ਖੜ ਜਾ ਚੀਜ਼ਾਂ ਜੀ ਸਾਡੀ ਕੁੜੀ ਆ ਤੇ ਕੈਨੇਡਾ ਅਮਰੀਕਾ ਥਾਈਲੈਂਡ ਸਿੰਗਾਪੁਰ ਹਾਂਗਕਾਂਗ ਪਤਾ ਨੀ ਕਿੱਥੋਂ ਕਿੱਥੋਂ ਰਿਸ਼ਤੇ ਆਉਂਦੇ ਸੀਗੇ ਮੇਰਾ ਜਵਾਬ ਹੈ ਭਾਈ ਮੇਰੀ ਗੱਲ ਸੁਣ ਪਾਣਾ ਸੀ ਹੈ ਭਾਈ ਗੱਲ ਸੁਣੋ ਮੈਂ ਤਾਂ ਆਪਣੇ ਮੁੰਡੇ ਦਾ ਰਿਸ਼ਤਾ ਇੱਥੇ ਹੀ ਕਰੂੰ ਚਾਹੇ ਇੱਧਰਲਾ ਪਾਸਾ ਉੱਧਰ ਹੋ ਜਾਏ
ਉੱਤੇ ਉੱਤੇ ਨਾ ਫਸਾ ਇੱਧਰ ਹੋ ਜੇ ਆਖਰ ਨੂੰ ਮੇਰੀ ਮੁੱਛ ਦਾ ਸਵਾਲ ਆ ਇਹ ਮੁੱਛ ਕਿਹਦਾ ਹੁੰਦੀ ਆ ਮੈਂ ਮੈਂ ਮੇਰੇ ਕਹਿਣ ਦਾ ਮਤਲਬ ਉੱਚੇ ਦਾ ਸਵਾਲ ਆ ਅੱਜ ਚੜਦੇ ਕੀ ਆ ਠੀਕ ਨਹੀਂ ਜੇ ਮੈਨੂੰ ਬੜਾ ਗੁੱਸਾ ਚੜਿਆ ਪਿਆ ਬਹਿ ਬਹਿ ਕੇ ਨਿਕਲ ਜਾ ਤਾਂ ਬਹਿ ਬਹਿ ਕੇ ਜੁੱਤੀ ਫੇਰੂ ਮੈਂ ਮੇਰਾ ਬੜਾ ਗੁੱਸਾ ਪੈਣਾ ਨਿਕਲ ਜਾ ਨਿਕਲ ਜਾ ਨਿਕਲ ਜਾ ਮੇਰਾ ਜਵਾਬ ਹੈ ਮੇਰਾ ਜਵਾਬ ਹੈ ਚਲ ਫੁੱਪੜਿਆ ਜਿਹੜੀ ਬੇਛਣ ਦੀ ਬਰਫੀ ਆ ਇਕੱਠੀ ਕਰਕੇ ਲੈ ਜਾ ਕਿਆ ਖਾ ਲਈ ਆਪ ਲੈਣ ਜਾ ਰਹੇ ਮਹੀਨੇ ਸਾਡਾ ਜਵਾਬ ਹੈ चल जे तू जुगती बाला कहना फुफड़ा तू बाला जोर लाने फिर मैं छाड़ी भानू का रिश्ता कर दिना ठीक है चल हां फुफड़ा जड़ी बेचण दी बर्फी तू आपदे लिफाफे च पाई सी ओ रो ते टेबल ते चंदे ठीक है चलो आ जाओ चलो देखो सरदार जी छाडे कोलो जो छरिया असी अपनी भानू नु दित्ता आ दित्ता स्कूटर है ना जेंबो जेंटंग चलूगा ध्यान रखियो आज लेट हो गए मैनू एक गल दी समझ नहीं आई ब्याह तां बथेरे वेखे आ टुट्टिया स्कूटर दाज दे विच दित्ता इह पहली वारी होया तैनू आ गल दी समझ नहीं आउंदी इह स्कूटर दा तां निक्के नाल लव हो गया हैं आहो चल कर छुकरा 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 ओ छाडी पानो दी बरात चली गई ओ ब्याह दी चक दी बात जरूरी आ ਬਰਫੀ ਜਿਹੜੀ ਵਧੀਆ ਲੈ ਨਾ ਜਾਵੇ ਨਾਂਗਾ ਮੇਰਾ ਸਾਲਾ ਪੁੱਤਰਾ ਮੈਂ ਬਾਲੀ ਖੁਸ਼ ਆ ਬਾਰੀ ਵਰਤੀ ਕੱਟਣ ਗਿਆ ਸੀ ਬਾਰੀ ਵਰਤੀ ਕੱਟਣ ਗਿਆ ਖਟ ਕੇ ਲਿਆਂਦਾ ਟਿੱਕਾ ਹੋਇਆ ਕੇ ਲਿਆਇਆ ਨੀ ਪੂਰ ਪਰੀ ਸਰ ਨਿੱਕਾਇਆ 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 ਕੇ ਲਿਆਇਆ ਨੀ ਵਾਹ ਸੱਚਾ ਪਾਤਸ਼ਾਹ ਤੇਰਾ ਬਾਲਾ ਬਾਲਾ ਧੰਨਵਾਦ ਇੰਨੀ ਚੰਗੀ ਨੋ ਦਿੱਤੀ ਮੈਨੂੰ ਮਾਂ ਜੀ ਨੂੰ ਕਹਿੰਦੇ ਇੱਕ ਗਲਾਸ ਹੋਰ ਲਿਆ ਦੂ ਸਵਾਦ ਬਾਹਲਾ ਸੀਗਾ ਜੀ ਲੈ ਮੈਂ ਪੀਣਾ ਸੀਗਾ ਚੱਲ ਕੋਈ ਨੀ ਤੁਸੀਂ ਪਹਿਲਾਂ ਐਂ ਕਰੋ ਕੁੰਡੀ ਲਾ ਕੇ ਆਓ ਲਾਉਣਾ ਇੱਕ ਤੇ ਹੋਰ ਹੀ ਨਾ ਕੁੱਟੇ
ਦੁਨੀਆਂ ਚੰਨ ਤੇ ਪਹੁੰਚ ਗਈ, ਮੰਗਲ ਗ੍ਰਹਿ ਤੇ ਜਾਣ ਨੂੰ ਫਿਰਦੀ ਹੈ ਤੇ ਤੂੰ
ਟੂਣੇ ਟੱਪਿਆਂ ਚੁਲਜੀ ਪਈਆਂ। ਯਾ ਮੇਰਾ ਤਾਂ ਬਾਬਾ ਜੀ ਨੇ ਕਿਹਾ ਸੀ ਵੀ ਭਾਨੋ ਚਾਰ ਟੂਣੇ ਜਿੱਦੇ ਪੂਰੇ ਹੋ ਗਏ, ਪੰਜਵਾਂ ਟੂਣਾ ਤੂੰ ਕਰਿਆ। ਪੰਜਵਾਂ ਟੂਣਾ ਕਰਨ ਦੀ ਢੇਰ ਆ, ਮੰਤਰ ਪੜ੍ਹਨ ਦੀ ਢੇਰ ਆ, ਤੂੰ ਤਾਂ ਠੂਹ ਕਨੇਡਾ ਵੱਜੇਗੀ। ਦੀਦੀ ਤੂੰ ਮੇਰਾ ਕਨੇਡਾ ਮਹਿਕਦਾ। ਦੇਖ ਦੀਦੀ ਤੂੰ ਮੇਰੀ ਵੱਡੀ ਭੈਣ ਆ, ਇਸ ਕਰਕੇ ਮੈਂ ਕੁਛ ਨੀ ਕਹਿੰਦੀ। ਮੈਂ ਕੱਲ ਦੀ ਜਵਾਕੜੀ ਨੇ ਇੰਨੀ ਮਿਹਨਤ ਕਰੀ, ਸੱਚੇ ਹੁਣ ਮੇਰਾ ਕੀ ਬਣੂਗਾ। ਮੈਂ ਨਾ ਦੀਦੀ ਅਸਲ ਮੈਂ ਬਾਬਾ ਜੀ ਕੋਲ ਗਈ ਸੀਗੀ, ਮੇਰਾ ਸੁਪਨਾ ਵੀ ਮੈਂ ਕਨੇਡਾ ਚ ਵਿਆਹ ਕਰਾਵਾਂ। ਇੱਧਰਲੇ ਤਾਂ ਰਸਤੇ ਬਾਹਲੇ ਆਉਂਦੇ, ਮੈਨੂੰ ਕੋਈ ਪਸੰਦ ਨਹੀਂ ਆਉਂਦਾ। ਇਸ ਕਰਕੇ ਬਾਬੇ ਨੇ ਕਿਹਾ ਵੀ 1100 ਰੁਪਈਆ ਲੱਗੂ ਤੇ ਪੰਜ ਟੂਣੇ। ਓਹੋ ਨੀ ਆਹ ਟੂਣਿਆਂ ਟਾਣਿਆਂ ਨਾਲ ਨੀ ਮੁੰਡੇ ਫਸਨੇ, ਮੈਂ ਤੈਨੂੰ ਦੱਸ ਦਿੰਦੀ। ਇੱਕ ਮਿੰਟ ਖੜ ਲੈ ਬਸ। ਆ ਦੇ ਮੇਰਾ ਮਤਲਬ 5000 ਫਰੈਂਡਾਂ ਦੀ ਲਿਮਿਟ ਹੁੰਦੀ ਹੈ ਫੇਸਬੁੱਕ ਤੇ। ਅੱਛਾ, ਮੇਰੇ 5000 ਫਰੈਂਡ ਬਣ ਗਏ ਨੇ। ਇਹਦੇ ਤੇ ਐ ਹੁੰਦਾ ਵੀ ਆਪਾਂ ਨਾ ਆਪਦੇ ਅਕੋਰਡਿੰਗ ਵੀ ਆਪਾਂ ਨੂੰ ਕਿਹੋ ਜਿਹਾ ਮੁੰਡਾ ਚਾਹੀਦਾ, ਆਪਾਂ ਨੂੰ ਕੀ ਪਸੰਦ ਆ, ਉਹ ਆਪਾਂ ਸਾਰਾ ਕੁਛ ਪਾ ਦਿੰਨੇ ਆ ਤੇ ਫੇਰ ਆਪਾਂ ਨੂੰ ਰਿਕੁਐਸਟਾਂ ਆਉਂਦੀਆਂ ਨੇ। ਹਾਏ ਦੀਦੀ ਮੈਂ ਨਹੀਂ ਗਈ, ਮੈਨੂੰ ਨਹੀਂ ਪਤਾ, ਮੇਰੀ ਤਾਂ ਆਪਾ ਫੇਸਬੁੱਕ ਬਣਾ ਕੇ ਦਿਓ, ਮੈਂ ਨਹੀਂ ਗਈ। ਤੂੰ ਐ ਕਰੀ ਉਹ ਸ਼ਾਮ ਨੂੰ ਆ ਜੀ ਮੇਰੇ ਕੋਲੇ ਤੇ ਤੇਰੀ ਮੈਂ ਆਈਡੀ ਬਣਾ ਦੂੰਗੀ। ਚੰਗਾ ਦੀਦੀ, ਓਕੇ, ਸ਼ਾਮ ਨੂੰ ਆਉਂਗੀ ਮੈਂ। ਆਰੇ ਬਾਏ ਦੀਦੀ। ਹਾਏ ਮੈਂ ਹੁਣ ਫੇਸਬੁੱਕ ਤੇ 5000 ਫਰੈਂਡ ਬਣਾਉਂਗੀ ਕਨੇਡਾ। ਲੈ ਦੀਦੀ ਚੰਗਾ ਕੀਤਾ ਮੈਂ ਤੁਹਾਡੇ ਘਰੇ ਆਉਣ ਲੱਗੀ ਸੀ, ਤੁਸੀਂ ਸਾਡੇ ਘਰੇ ਆ ਗਏ ਹੈ ਨਾ। ਦੀਦੀ ਬਸ ਮੈਨੂੰ ਤਾਂ ਮੈਨੂੰ ਬੜਾ ਜ਼ੋਰ ਪਿਆ ਪਿਆ ਤੇ ਆਹ ਚੱਕੋ ਮੋਬਾਈਲ ਤੇ ਮੇਰੀ ਫੇਸਬੁੱਕ ਤੇ ਆਈਡੀ ਬਣਾ ਦਿਓ। ਇਹਦੇ ਤੇ ਆਹੋ ਭਾਨੋ ਇਹਦੇ ਤੇ ਨਹੀਂ ਬਣਨੀ, ਆ ਲੈ ਫੜ। ਕਿਉਂ? ਇੱਕ ਮਿੰਟ, ਆਪਾਂ ਇਹਦੇ ਤੇ ਬਣਾਉਣੇ। ਅੱਛਾ ਦੀਦੀ ਤੁਸੀਂ ਨਾ ਇੱਕ ਕੰਮ ਕਰੋ, ਤੁਹਾਡੇ ਕੋਲੇ ਤਾਂ ਕਿੰਨੇ ਹੀ ਮੋਬਾਈਲ ਆ, ਮੈਨੂੰ ਇੱਕ ਮੋਬਾਈਲ ਦੇ ਦਿਓ, ਮੈਂ ਤੁਹਾਨੂੰ ਪੈਸੇ ਦੇ ਦੂੰਗੀ। ਤੂੰ ਟੈਨਸ਼ਨ ਨਾ ਲੈ ਭਾਨੋ, ਕੋਈ ਗੱਲ ਨਹੀਂ, ਆ ਜਾ ਪਹਿਲਾਂ ਆਈਡੀ ਬਣਾਉਣੇ ਆ। ਹਾਂ ਬਣਾਓ ਦੀਦੀ। ਇਹ ਆ ਚੱਕ, ਹੁਣ ਆਪਾਂ ਨਵਾਂ ਅਕਾਊਂਟ ਬਣਾਉਣੇ ਆ। ਓਕੇ, ਨਾਂ ਕੀ ਭਰਾਂ ਤੇਰਾ? ਮੇਰਾ ਨਾਂ ਭਰੋ ਤੁਸੀਂ ਮਿਸ ਭਾਨ ਕੌਰ। ਆਹੋ ਇਹ ਤਾਂ ਹੋਰ ਹੀ ਨਾਂ ਤੁਸੀਂ ਭਰੋ, ਮਿਸ ਭਾਨੋ। ਆ ਚੱਕ। ਹਾਂ ਤੇ ਡੇਟ ਆਫ ਬਰਥ ਕੀ ਹੈ ਤੇਰਾ? ਡੇਟ ਆਫ ਬਰਥ ਦੇਖ ਲਾ, ਮੇਰੀ ਬੀਬੀ ਕਹਿੰਦੀ ਹੁੰਦੀ ਸੀ ਜਦੋਂ ਸਾਡੀ ਬੋਰੀ ਮੱਝ ਮਰੀ ਆ, ਉਦੋਂ ਮੈਂ 3 ਦਿਨ ਬਾਅਦ 'ਚ ਜੰਮੀ ਆ। ਲਿਆ ਲਾ 20 ਸਾਲ ਦੀ ਹੋਊਂਗੀ, ਤੂੰ ਤਾਂ 2 ਸਾਲ ਛੋਟੀ ਆ, 20 ਸਾਲ ਉਮਰ ਆ ਮੇਰੀ। ਤੂੰ 20 ਸਾਲਾਂ ਦੀ? ਹਾਂ, ਬਸ ਉਹੀ ਮੋਟਾਪਾ ਜੋ ਕਰਕੇ ਥੋੜ੍ਹੀ ਜਿਹੀ ਵੱਡੀ ਉਮਰ ਲੱਗਦੀ ਆ। ਅੱਛਾ, ਫਾਦਰ ਨੇਮ? ਫਾਦਰ ਨੇਮ ਕੱਟੂ ਪਾਪਾ। ਕੱਟ ਪਾਪਾ? ਤੇ ਰਿਲੇਸ਼ਨਸ਼ਿਪ? ਰਿਲੇਸ਼ਨਸ਼ਿਪ ਉਹ ਕੀ ਹੁੰਦੇ ਆ, ਤੇਰਾ ਕਿਸੇ ਨਾਲ ਚੱਕਰ ਤਾਂ ਨਹੀਂ ਚੱਲਦਾ? ਦੀਦੀ ਸ਼ਰਮ ਨਹੀਂ ਆਉਂਦੀ, ਮੈਂ ਤੁਹਾਨੂੰ ਇਹੋ ਜਿਹੀ ਲੱਗਦੀ ਆ, ਤੁਸੀਂ ਭਰੋ ਆਈ ਐਮ ਕੱਲੀ। ਅੱਛਾ ਅੱਛਾ, ਸਿੰਗਲ ਭਰ ਦਿੰਦੇ ਆ? ਸਿੰਗਲ ਭਰ ਦੋ। ਹਾਂ ਤੇ ਹੋਮ ਟਾਊਨ? ਹੋਮ ਟਾਊਨ ਉਹ ਕੀ ਹੁੰਦਾ ਜਿੱਥੇ ਤੁਸੀਂ ਰਹਿੰਦੇ ਹੋ? ਲਿਖ ਦਿਓ ਮੋਗੇ ਦੇ ਨੇੜੇ ਬੱਦਨ ਬੱਦਨੀ ਤੇ ਨਿਹਾਲ ਸਿੰਘ ਵਾਲਾ ਭਰ ਦਿਓ। ਛੱਡ, ਚੰਡੀਗੜ੍ਹ ਲਿਖ। ਹਾਏ ਦੀਦੀ ਚੰਡੀਗੜ੍ਹ। ਚਲੋ ਚੱਲ, ਤੂੰ ਫੈਮਿਲੀ ਮੈਂਬਰ ਦੱਸ। ਫੈਮਿਲੀ ਮੈਂਬਰ ਮੈਂ, ਮੇਰੇ ਭਰਾ ਭਾਨਾ ਭਗੌੜਾ, ਸਾਡਾ ਕੱਟ ਪਾਪਾ, ਇੱਕ ਮੇਰੀ ਭਰਜਾਈ, ਉਹਦਾ ਨਾਂ ਤਾਂ ਮੇਰੀ ਜਮਾ ਨਹੀਂ ਬਣਦੀ, ਵੀ ਰੋਪ ਲਾਈ ਤਾਂ ਉਹਦਾ ਨਾਂ ਪਾਈ ਵਿੱਚ। ਨਹੀਂ ਚੱਲ ਰਹਿਣ ਦੇ, ਆਪਾਂ ਤੇਰੀ ਬਣਾ ਲਈਏ। ਤੇਰੇ ਬਾਰੇ ਕੀ ਲਿਖਾਂ ਹੁਣ? ਮੇਰੇ ਬਾਰੇ ਲਿਖ ਵੀ ਮੈਨੂੰ ਸਿਹਤੀ ਤਾਂ ਸਿਹਤੀ ਕਨੇਡਾ ਵਾਲਾ ਮੁੰਡਾ ਸੰਪਰਕ ਕਰੇ, ਮੈਂ ਸਿਹਤੀ ਕਨੇਡਾ ਜਾਣਾ ਚਾਹੁੰਦੀ ਹਾਂ, ਉੱਥੇ ਟੋਰਾਂਟੋ ਜਾ ਕੇ ਬਰਫ ਦੇ ਵਿੱਚ ਖੇਡਾਂ। ਬਸ ਬਸ ਭਾਨੋ ਬਸ, ਲੈ ਮੈਂ ਤੇਰੀ ਆਈਡੀ ਬਣਾ ਦੂੰ, ਠੀਕ ਹੈ? ਤੇ ਫੋਟੋ ਰਹਿ ਗਈ। ਹਾਂ ਚੱਲ ਹੁਣ ਸੋਹਣਾ ਜਿਹਾ ਮੂੰਹ ਬਣਾ ਤੇ ਫੋਟੋ ਖਿੱਚੀ। ਓਕੇ ਬੇਟੇ, ਮੂੰਹ ਆ ਕੀ ਕਰਦੀ ਆ, ਸੋਹਣਾ ਜਿਹਾ ਮੂੰਹ ਬਣਾ, ਛੱਡ ਪਰੇ, ਆਪਾਂ ਸੈਲਫੀ ਕਰਦੇ। ਓਕੇ ਓਕੇ, ਆ ਲਾ ਠੀਕ ਹੈ। ਤੇ ਆ ਪਾਸਵਰਡ ਆ ਤੇਰਾ ਹੁਣ? ਹਾਂ, ਭਾਨੋ 007। ਭਾਨੋ 007 ਮਤਲਬ? ਮਤਲਬ 47। ਹਾਏ ਦੀਦੀ ਦੇਖੋ ਕਿਸੇ ਨੂੰ ਪਤਾ ਨਾ ਲੱਗ ਜਾਏ, ਹੋਰਾਂ ਨੂੰ ਤਾਂ ਨਹੀਂ ਪਤਾ ਲੱਗੂ, ਮੇਰਾ ਸਾਥ ਨਹੀਂ ਰਹਿੰਦਾ, ਨਹੀਂ ਪਤਾ ਲੱਗਦਾ ਕਿਸੇ ਨੂੰ। ਆ ਲੈ ਫੜ, ਤੇਰੀ ਆਈਡੀ ਬਣ ਗਈ ਹੁਣ, ਠੀਕ ਹੈ? ਤੇ
ਹੁਣ ਤੈਨੂੰ ਫਰੈਂਡ ਰਿਕੁਐਸਟਾਂ ਆਪੇ ਆਉਣੀਆਂ ਸ਼ੁਰੂ ਹੋ ਜਾਣਗੀਆਂ। ਹਾਏ ਦੀਦੀ ਹਾਏ ਇਹ ਠੀਕ ਆ ਦੀਦੀ, ਇਹਦੇ ਮੈਂ ਪੈਸੇ ਦੇ ਦੂੰਗਾ, ਸਿੱਧੀ ਚੱਲ ਪਿਆ ਕਰੂਗੀ। ਹਾਂ ਹਾਂ ਬਸ ਤੂੰ ਆਹੀ ਰੱਖੀ ਖੋਲ ਕੇ, ਠੀਕ ਆ ਠੀਕ ਆ। ਹੁਣ ਮੈਂ ਫੋਟੋ ਤਾਂ ਮੈਂ ਪਾ ਲੈਣੀ ਆ, ਜਿਹੜੀ ਸਾਡੀ ਭੀਰੋ ਹੈ ਨਾ ਉਹਨੇ ਮਗਲੇ ਰੱਖਿਆ ਭਾਨੇ ਤੇ ਚੋਰੀ ਲਗਾਉਂਦੀ ਆ। ਔਂਤਰੀ ਵਟਸਐਪ ਤੇ ਗਰੁੱਪ ਬਣਾਈ ਬੈਠੀ ਆ, 44 ਫਰੈਂਡ ਆ ਉਹਦੇ। ਮੈਂ ਉਹ ਚੋਰੀ ਚਲਾਉਂਦੀ ਹੁੰਦੀ ਆ, ਇੰਨਾ ਕੁ ਤਾਂ ਮੈਂ ਜਾਣਦੀ ਆ। ਤੂੰ ਚਲਾ ਤਾਂ ਲੈਂਗੀ ਨਾ ਚੰਗੀ ਤਰ੍ਹਾਂ? ਮੈਂ ਵੀਰੇ ਜੇ ਕੁਝ ਨਾ ਪਤਾ ਲੱਗੇ ਤਾਂ ਮੈਨੂੰ ਪੁੱਛ ਲਈ, ਮੈਂ ਦੱਸ ਦੂੰਗੀ। ਠੀਕ ਆ ਦੀਦੀ, ਥੈਂਕ। ਦੀਦੀ ਦੀਦੀ, ਫਰੈਂਡ ਰਿਕੁਐਸਟ ਆ ਗਈ, ਫਰੈਂਡ ਰਿਕੁਐਸਟ ਆ ਗਈ। ਓਹੋ, ਇਹ ਫਰੈਂਡ ਰਿਕੁਐਸਟ ਨਹੀਂ ਤਾਂ ਮੈਸੇਜ ਆਇਆ ਫੇਸਬੁੱਕ ਦਾ। ਅੱਛਾ ਹਾਏ ਦੀਦੀ, ਛੇਤੀ ਆ ਜੇ। ਅੱਛਾ ਦੀਦੀ ਮੈਂ ਚੱਲੀ, ਉਹ ਲੈ ਮੈਂ ਤਾਂ ਭੁੱਲ ਗਈ ਤੁਸੀਂ ਸਾਡੇ ਘਰੇ ਆਏ ਹੋ। ਚਲ ਠੀਕ ਆ, ਮੈਂ ਚੱਲਦੀ ਆ ਹੁਣ। ਓਕੇ ਬਾਈ ਦੀਦੀ, ਦੁੱਧ ਬਣਾ ਲੈਣੇ ਆ। ਨਹੀਂ ਨਹੀਂ ਬਸ ਬਸ ਠੀਕ ਆ। ਹਾਏ ਦੀਦੀ ਥੈਂਕੜੂ ਤੁਹਾਡਾ। ਹਾਏ ਛੇਤੀ ਛੇਤੀ ਆ ਜਾ, ਕਿੰਨੀ ਅੱਡਾ ਵਾਲੇ ਮੁੰਡੇ ਦੀ ਹੋਵੇ ਫਰੈਂਡ ਰਿਕੁਐਸਟ, ਮੈਂ ਤਾਂ ਫਰੁੱਕ ਦੇ ਕੇ ਐਕਸੈਪਟ ਕਰ ਲੂੰਗੀ। ਹਾਏ ਨੀ ਭਾਨਪੁਰੇ, ਤੇਰਾ ਸੁਪਨੇ ਵਾਲਾ ਰਾਜਕੁਮਾਰ ਪਤਾ ਨੀ ਕੀ ਕਰਦਾ ਹੋਊ। ਦੀਦੀ ਮੇਰੀ ਫੋਟੋ ਕਿਉਂ ਨੀ ਸੋਹਣੀ ਆਉਂਦੀ? ਓਹੋ ਭਾਨੋ, ਆਈਡੀ ਤਾਂ ਤੂੰ ਬਣਾ ਲਈ, ਮੁੰਡੇ ਪਿੱਛੇ ਲਾਉਣੇ ਇੰਨੇ ਸੌਖੇ ਥੋੜੀ ਆ। ਮੁੰਡੇ ਪਿੱਛੇ ਲਾਉਣ ਖਾਤਰ ਲੁੱਕ ਵਧੀਆ ਹੋਣੀ ਚਾਹੀਦੀ ਹੈ, ਸਟਾਈਲ ਹੋਣਾ ਚਾਹੀਦਾ, ਤੇ ਸਭ ਤੋਂ ਮੇਨ ਗੱਲ ਆਪਦੀ ਫਿਟਨੈਸ ਦਾ ਧਿਆਨ ਰੱਖਿਆ ਕਰ। ਲੈ ਦੀਦੀ ਮੈਨੂੰ ਦੱਸੋ ਫਿਟਨੈਸ ਕਿੱਥੇ ਆ, ਮੈਂ ਤਾਂ ਧਿਆਨ ਬੜਾ ਹੀ ਰੱਖੂੰਗੀ। ਓਹੋ ਭਾਨੋ, ਤੂੰ ਪਹਿਲਾਂ ਮੈਨੂੰ ਐਂ ਦੱਸ, ਤੂੰ ਡਾਇਟ 'ਚ ਕੀ ਲੈਂਦੀ ਹੈ? ਡਾਇਟ ਆਹ ਕੀ ਹੁੰਦੀ ਆ ਦੀਦੀ? ਮਤਲਬ ਤੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕੁਛ ਖਾਂਦੀ ਹੈ? ਸਵੇਰ ਜਦੋਂ ਮੈਂ ਸਵੇਰ ਉੱਠਦੀ ਹਾਂ, ਚਾਹ ਪੀ ਲੈਂਦੀ ਹਾਂ, ਫਿਰ ਰੋਟੀ ਤਿਆਰ ਹੋ ਜਾਂਦੀ ਹੈ, ਮੈਂ 8-9 ਰੋਟੀ ਖਾ ਲੈਂਦੀ ਹਾਂ, ਫਿਰ ਦੁਪਹਿਰ ਹੋ ਜਾਂਦੀ ਹੈ, ਦੁਪਹਿਰ ਨੂੰ ਮੈਂ ਦੇਖ ਲਾ ਵੀ 9-10 ਰੋਟੀਆਂ ਦੁਪਹਿਰ ਨੂੰ ਖਾ ਲੈਂਦੀ ਹਾਂ, ਫਿਰ ਦੀਦੀ ਰਾਤ ਨੂੰ ਦਿਨੇ ਤਾਂ ਸਰੀਰ ਤੁਰਿਆ ਫਿਰਦਾ, 10 ਦਿਨ ਦਾ ਮੈਨੂੰ ਭੁੱਖ ਲੱਗੀ ਆ ਵੀ ਰੋਟੀ ਦਿਓ, ਰਾਤ ਨੂੰ ਤਾਂ ਵਿਚਾਰਾ ਸੁੱਤਾ ਪਿਆ ਹੁੰਦਾ, ਇਸ ਕਰਕੇ ਰਾਤ ਨੂੰ ਮੈਂ ਸੌਣ ਤੋਂ ਪਹਿਲਾਂ 16-17 ਰੋਟੀਆਂ ਖਾ ਲੈਂਦੀ ਹਾਂ, ਪਰ ਮੈਂ ਪਤਲੀ ਫੇਰ ਨਹੀਂ ਹੁੰਦੀ। ਇੰਨਾ ਕੁਛ ਖਾ ਕੇ ਤੂੰ ਪਤਲੀ ਕਿਵੇਂ ਹੋਏਗੀ? ਹਾਂ ਤੂੰ ਨਾ ਫਰੂਟਸ ਖਾਇਆ ਕਰ, ਜਿਵੇਂ ਕੇਲੇ, ਪਪੀਤਾ। ਪਪੀਤਾ ਕਿੱਥੋਂ ਮਿਲੂ? ਉਹ ਤਾਂ ਆਪਣੀ ਬਾਣੀ ਦੁਕਾਨ ਤੋਂ ਹੀ ਮਿਲ ਜੂ। ਤੂੰ ਜਾ ਕੇ ਕਹੀ ਮੈਨੂੰ ਪਪੀਤਾ ਦੇ ਦਿਓ। ਸ਼ਰਮ ਨਹੀਂ ਆਉਂਦੀ ਸਾਡੇ ਜੋ ਬਾਣੀਆਂ ਕੋਲੋਂ, ਮੈਂ ਪਪੀਤਾ ਕਿਉਂ ਲੈ ਕੇ ਆਉਂਗੀ? ਫਰੂਟ। ਅੱਛਾ ਹਾਂ, ਪਪੀਤਾ। ਅੱਛਾ ਮੈਂ ਕਹਿੰਦਾ ਤਾਂ ਤੁਸੀਂ ਮਜ਼ਾਕ ਕਰਦੇ ਹੋ, ਕਹਿੰਦੇ ਬਾਣੀਆਂ ਦੀ ਪਪੀਤਾ ਲੈ ਕੇ ਆ। ਸੌਰੀ ਦੀਦੀ। ਕਰਨੀ ਅੱਜ ਹੰਭ ਗਈ ਕੁੜੇ, ਹਾਏ ਮੇਰਾ ਦਿਲ
ਪਰ ਸੁਆਈ ਚੂਹਾ ਹੋ ਮਰਦਾ ਦੋ ਪਰੌਠੇ ਖਾਇਆ ਉਹਨੇ ਨਾ ਨਾ ਤੂੰ ਤੂੰ ਤਾਂ ਚੱਲ रिक्वेस्ट भेज देनी मिसेज भानो ये केम लग दी है अरे रामू मैंने रिक्वेस्ट भेजी ली उसने एक्सेप्ट भी कर ली ओ भाई तेरी तो लॉटरी लग गई हेलो मिंदर सिंह किलो हेयर मैसेज भी आ गया कनेडा बड़ा सोना कनेडा च भानो तेरे तो खुल के भाग पहली फ्रेंड रिक्वेस्ट कनेडा च मुंडे दे हाय मैं सोनी भी बोली हो ना बीजू एस बस भानो भी रेडी होगी भानो लव यू हाय भानो मैं तो नचूंगी अरे नंबर मिल गया यार वाइब्रेशन ते लग गया भाई आहा की दा भुंजड़ गया नंबर एक तो लेडीसन प्रॉब्लम है मुझे फोन कर दे रहे ने 01637 हेलो हेलो सत श्री अकाल हाँ हम बोले हैं तू कौन बोलता मूरो मिंदर सिंह ढिल्लो मिंदर सिंह ढिल्लो पर हाँ दसो यही कनाडा से कनाडा जो हाँ या आप फैमिली में कौन कौन से मेरी फैमिली चा मेरी बेबी दी तो मौत हो गई करंट ला के मेरी बेबी नु तो मेरे घरे मेरा ब्रदर है भाना भगौड़ा कट पापा से मेरी भीरो बलैतन भाभी ठेकेदार अबे क्या हुआ वो देखो ससुर का नाती साला वो फोन पर लगी बा यहाँ पर हम जीरी लगाई बा ये देखो ये बैठा यहाँ पर अबे ओ आसिफ अबे आज की सो जा जीरे लगाने आया तू मुझे 20 साल हो गए पंजाब में जानता हूँ ये पंजाबी लोग बड़े और इतने पक्के हो बता थोड़े बच्चा हिंदी कौन बोल ली जानता अरे ये तो हमार लोग है ना यहाँ पे अरे काफी लोग हमारे यहाँ काम करते हैं बहुत बड़ी फैक्ट्री है हमारी इधर अच्छा जी एक गल दसो तुसी कनाडा च केड़ी जगह रहने हो हाँ यही पूर्णिया से पूर्णिया पूर्णिया तो बिहार चा साडे झोना लाउण दे भाई के दसदे हुंदे आ भी पूर्णिया अरे एक पूर्णिया इधर भी है ना हमारे टोरंटो में अच्छा टोरंटो आ कोले आ या वो तो बर्फ भी कहता बाली पाई फ्रिजा ची जम दी जा हम अभी मिले हैं जा बहुत जल्द आवे हैं आ जा लगा होलबा किसी गुतिया के साथ
सही बोलती वा। ये देख भाई, ये क्या है भाई यार, यहाँ पर क्या है चलता है। हम 24 घंटा काम में लगते रही, 24 घंटा फोन करते रही, हम इसके साथ काम ना करी। अबे तू तो मरेगा, हमें भी मारेगा रे। हमें इतनी इज्जत कमाया है पंजाब में रहकर 20 साल में, सब खराब करेगा तू। हाँ चल मैनू फिर मेरी तो फोटो देख ली, तुसी मैनू वीडियो कॉल करो बुढ़ाई। हाँ अभी करता हूँ ना, कर रहा हूँ अभी। जे वीडियो कॉल कर लेंदे तेरी बूथी देख लेंदे तेनू रिश्ता करना सी किसी ने। कोई नहीं दीदी, मैं पतली हो जूंगी, हुण तो मेरी भाषा दे विच भी फर्क पा लिया, क्योंकि मैं कनेडा दे विच चले जाना। जा जा नहीं परे पानो। मैं नहीं जांदी कदे, बस तेरे जीजा जी दी ना फोटो, मैनू पता बहुत सोहणे होणे आ कनेडा दे विचो आए आ। दीदी जदों मैं कनेडा चली गई मैनू भुल ना जायो। मेरी गल सुन कमलिए, वीडियो कॉल नु ना कही ना, हो पिछे देख लिया ना सारा कुछ, अगले ने जवाब दे देना। फेसबुक ते तेरा काम बाणी जाना। यारे 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 नी ये दिन सगना दे, रोज पै करवारे नी ये दिन सगना दे, मेरे गुनर मैं बाड़ा चा चढ़या प्यादी। जा नी जा 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 पानो गुड्या गुड्या, तू दस की करी जांदे सी। यप आई एम वेरी गुड, मैं भी गुड्या पानो। ते तू ब्याह दी गल कीती के नहीं कीती घर वालिया नाल? मैं तो गल करनी सी, मैं जब मनड़ा मान जाने मैं भाज जूंगी, फिर भाल दे फिर आगे सारे मान दे टप्पे वाणी भी। मतलब पानो मैं बरात लेके आ जा, मतलब आ जाओ आ जाओ, सोने सोने बन के आयो सारे। मैं तो बहुत सोना है पानो। मैं तो अंग्रेजी भी सीख ली। सच्ची कहंदी हैगी जिद्दां जिदा किदा गोटा, मैं तो आज भी कर ला गई सारी दिहाड़ी, मैं तो होरन होरन करती फिरदी है। करो बस, केड़ा बेड़ा मेरा तो जी नहीं लगता। हाय लव यू पानो। वाह ब्याह तो पहला नहीं है जा, कुछ ब्याह तो मर के जेड़ा कुछ मर्जी करी चल। जिदा कहता तेरी मर्जी है पानो, लव यू मन की चलो ब्याह की तैयारी। मैं सोचता चैना का समान खरीदना नहीं चाहिए, एक तो मेरा सारा चेन साढ़े ना पंगे लेंदा, एक असि उन्होंने समान खरीदते हैं। जे कि चैना ना लड़ाई लग गई ना, तो सब तो पहला मैं आपकी शमशीर सुलेमानी कृपान लैके जाऊंगा। ये छाली मेरी कितने चैना की तो नहीं? ओ चल कोई नहीं, दिल तो साडा पंजाबी है ना। ओ पापा सत श्री अकाल। सत श्री अकाल। ओ बधाइयां तैनू। ना मेरे सलिया दो जवाक हैगे तां सी, हुण फिर बधाइयां। पापा तेरी हमेशा गंदी सोच, उल्टा ही सोचू। ओ जवाकां दी गल नहीं, अपना अपनी भानो दा रिश्ता पक्का हो गया। भानो नूं रिश्ता हो गया है? फिर भी कोई फायदा नहीं बधाइयां दा। क्या भी रिश्ते अगे होया कोई सिरे चढ़े? ओ नहीं ऐत कीता रिश्ता पक्का, मुंडा कनेडा आया। कनेडा चो? फिर सच्ची तेरी सा भानो ने किवें लभ्या? लभ्या अपना, तैनू दस्सी नी की कहिंदी सी भानो? दस्सिया सी मैनू, पापा फ्रेंडशिप हो गई सी। हां करी सी। ए कोई डिग्री डुगरी हुंदी होणी आ? ले अपनी भानो घट है, ओ कहिंदी वीरा मैं सारियां डिग्रियां लऊं, ए डिग्री भी लै ली उहने। आखर नूं लाद की दी है? तेर गई है पापा, तेर गई है।
ਵਿਚੋਲਾ ਕੌਣ ਹੈ? ਵਿਚੋਲਾ ਆਪਣਾ ਪਾਪਾ। ਵਿਚੋਲਾ ਕੌਣ ਹੈ ਨੀ? ਵਿਚੋਲਾ ਉਹ ਚਲੋ ਕੋਈ ਵਿਚੋਲਾ ਹੋਊਗਾ ਹੀ। ਹੋਰ ਵਿਚੋਲੇ ਤੋਂ ਬਿਨਾਂ ਗੱਲ ਕਿੱਥੇ ਸਿਰੇ ਚੜ੍ਹਦੀ ਆ? ਆਪਣਾ ਖਿੱਚ ਲਾ ਤਿਆਰੀ, ਕੱਲ ਨੂੰ ਹੀ ਬਰਾਤ ਆ ਰਹੀ ਹੈ। ਉਹ ਤਿਆਰੀ ਨੂੰ ਮੈਂ ਕੀ ਇੱਥੇ ਕਰਨਾ, ਕੱਲਾ ਉਸ ਤਰ੍ਹਾਂ ਹੀ ਲਵਾਉਣਾ ਸਰ। ਚੱਲ ਕੋਈ ਨੀ, ਕਨੇਡਾ ਚ ਵਾਹ ਰਿਸ਼ਤਾ। ਕਨੇਡਾ ਚ ਅੰਦਰਾ ਪੱਟ ਦੇ ਗਏ ਨਾਲੀਆਂ, ਕਿਆ ਦੇ ਗਏ ਪਰਨਿਆਲੇ। ਚੰਗਾ ਨਾ ਸੋਚਿਓ, ਨੁਕਸਾਨ ਹੀ ਕਰਿਓ। ਮਹਿੰਦਰ ਸਿੰਘ ਹੈ ਨਾ ਤੇਰਾ? ਅੱਛਾ, ਹਾਏ ਮਿੰਦਰੂ ਕੀ ਹਾਲ ਹੈ? ਅਰੇ ਮਹਿੰਦਰ ਸਿੰਘ ਢੀਲੋ ਕੀ ਬੜੀ ਬੜੀ ਫੈਕਟਰੀ ਹੈ ਇਧਰ, ਬਹੁਤ ਸਾਰੇ ਲੋਕ ਕੰਮ ਕਰੇ ਹੈ ਯਹਾਂ, ਚਿੰਤਾ ਮਤ ਕਰਿਓ। ਮੈਂ ਤਾਂ ਕੰਪਿਊਟਰ ਖਾਲੀ ਬੈਠੀ, ਤੁਸੀਂ ਕੀ ਕਰ ਰਹੇ ਹੋ? अरे लंच ब्रेक हुई गवा इधर, सारे लोग खाना खाई गवा। अच्छा, पेट भर के खाया करो खाना, जो लंच ब्रेक करते होने। अरे कितनी फिक्र करती है रे भानो। हाँ, हमको बहुत खुशी हुई गवा। अरे तुम मेरा इतना फिक्र ना करो। अच्छा, मेरे घर सुनिया, हाँ आप इससे बोला जी का दी आई जाते, हिंदी जी बोली जाते। अब मैं काट रहा हूँ भानो, एक मिनट, वो थोड़ा किस वस्त तो कर लेना। अभी कान के पास लगाओ थोड़ा। कान देखो ना, का तो स्माइल दियो जिदा किदा ऐसे स्माइल। हाँ, अरे मारे बाचा जिदा किदा। फिर मैं फोन काट रहा हूँ सर। हाँ ओके, बाय बाय, लव यू। ले जाएंगे, ले जाएंगे दिल वाले दुल्हनिया, ले जाएंगे, ले जाएंगे, ले जाएंगे। अरे मुना, किसकी बात करता है तू? हा, काम कर। अरे नंबरदार वो, तुम नहीं समझोगे, ये प्यार वह है। ये कौन सा प्यार वह है? फेसबुक पर लड़की पटा रखी से पंजाब की। पू फेसबुक, ये कहा हो वत? अरे ही नेट बापा, ये फेसबुक पर होगा ये। हम ऐसा फोटो खिंचवा कर लगाई वा, और उधर से उनका मैसेज आई गवा, और हमने उनका नंबर लिया, बात चली और फट गई छोरी। अभी कहा बोला तू? कहा बोला मरेगा? कहा इन सबको भी मारेगा, हमें भी मारेगा? कहा पंजाब की छोरी के साथ शादी रचाएगा? कहा और क्या? अबे कहा डालेंगे ये लोग, पंजाबी लोग बहुत अड़ख वाले हो बता। मैंने तो उनसे बात भी कर ली है ब्याह के लिए। कहा डालेंगे तुझे? बात तो सुनो, देखो तुम भी वहाँ पूर्णिया में पढ़े हो? बराबर है, हाँ हाँ पढ़ा हूँ। बराबर बराबर। और मैं भी पूर्णिया में पढ़ा हूँ। हाँ बराबर बराबर। और देखो, हम इधर 10 साल से पंजाब में आई गवा। अबे 10 से नहीं, 20 साल। तो 20 से लगा ले। और 20 साल से उधर के लोग काले, इधर के लोग चीटे, और मैं काला, मेरा बाप काला, मेरा दादा काला, और ई साला ई पीला, ई काला नीला, सारा काला पीला, समझा का नहीं? समझ गया, ये तो सब काला, ये तो बहुत काला है। हम 10-20 साल से आकर इधर थोड़ा चीटा हुई गवा, और अगर हम इधर पंजाब की छोरी को उधर बिहार में बिहा के लेके जाएंगे, तो क्या हमारी वो जनरेशन में फर्क पड़ेगा कि नहीं पड़ेगा? अबे जनरेशन की सोच, अपनी जान की सोच, ये तो बाला रिक्रॉस करने देगा तेरे को। जो पंजाबी लोग होते हैं उनके पास क्या होता है इतना बड़ा सा वो क्या होता है? अरे डरा मत यार, नंबर होता है उसके पास क्या हो बता? वो कृपान, कृपान हो, कृपान गला काट डालेगा। अरे नहीं काटेगा, मान गई है शोरी। अरे मैंने तो इनको भी राजी कर लिया है रात के लिए। कौन कौन सारा राजी है? राजी है क्या? अबे चलेंगे, अबे चलेंगे, अबे सठे आ गए हो तू, ये मरवा डालेगा तुझे। ਪੱਠੇ ਪਾਲ ਗਏ, ਭਾਨੋ ਦਾ ਵਿਆਹ ਹਾਏ, ਸਾਲੀ ਨੇ ਵੀ ਆਉਣਾ, ਭਾਨਿਆ ਬਜ਼ਾਰੇ ਆਉਣਗੇ, ਪਾਵਾਂਗੇ ਭੰਗੜੇ, ਸਾਲੀ ਨਾਲ ਸਟੈਪ ਕਿਹੜੇ ਕਿਹੜੇ ਕਰੂੰਗਾ ਯਾਰ? ਹਾਂ ਇੱਕ ਤਾਂ ਹੋਰ ਸਟੈਪ ਕਰੂੰਗਾ,
ਅੱਖ ਵੀ ਬੜ ਲੂਗਾ ਯੱਖੀ ਵੀ ਪਾ ਲੂਗਾ ਜੇ ਕੁਝ ਨਹੀਂ ਹੁੰਦਾ ਨੱਚਦੇ ਨੱਚਦੇ ਆਪਾਂ ਐਂ ਵੀ ਕਰਾਂਗੇ ਹਾਂ ਭੰਗੜਾ ਵੀ ਕਰਾਂਗੇ ਇਹ ਸ਼ਰਮ ਨਹੀਂ ਆਉਂਦੀ ਨਾ ਕੀ ਕਰਦਾ ਫਿਰਦਾ ਨਾ ਕੀ ਲੱਛਣ ਕਰਦਾ ਫਿਰਦਾ ਨਾ ਮੇਰੀ ਭੈਣ ਬਾਰੇ ਇਹੋ ਜਿਹੀ ਗੰਦੀ ਸੋਚ ਰੱਖਦਾ ਜਵਾਕਾਂ ਵਰਗੀ ਹੈ ਤੇਰੇ ਉਹ ਲੈ ਸਿਆਣਿਆਂ ਨੇ ਕਿਹਾ ਵੀ ਸਾਲੀ ਅੱਧੇ ਘਰ ਵਾਲੀ ਹੁੰਦੀ ਹੈ ਨਾ ਕਿਹੜਾ ਸਾਲਾ ਕਹਿੰਦਾ ਵੀ ਸਾਲੀ ਅੱਧੇ ਘਰ ਵਾਲੀ ਹੁੰਦੀ ਹੈ ਹੈ ਕਟੱਪਾ ਕਹਿੰਦਾ ਸੀਗਾ ਕਹਿੰਦਾ ਸਾਲੀ ਅੱਧੇ ਘਰ ਵਾਲੀ ਹੁੰਦੀ ਹੈ ਮੈਂ ਤੂੰ ਚੁੱਪ ਕਰ ਜਾ ਆ ਮੇਰੇ ਤਾਂ ਮੁੱਛਾਂ ਹੀ ਲਪੜ ਵਾਲੀ ਜਾਂਦੀਆਂ ਬਾਲਾ ਨਾ ਬੋਲ ਮੈਂ ਤੈਨੂੰ ਦੱਸਾਂ ਐਵੇਂ ਤਿੰਗੜੀ ਜਾਂਦੀ ਹੈ ਬੱਚ ਮੇਰੀ ਗੱਲ ਸੁਣ ਫੋਨ ਕਰਤਾ ਸੀ ਛੋਰਿਆਂ ਨੂੰ ਵੀ ਆ ਜਾਓ ਆਪਣੀ ਭਾਡੋ ਦਾ ਵਿਆਹ ਨਾ ਕਰਤਾ ਸੀ ਫੋਨ ਦੇਖੀ ਅਗਲੇ ਨਵਾਂ ਗੱਡੀ ਚਾਉਣਗੇ ਲਿਓ ਬੈ ਗੱਡੀ ਜੀ ਯਾਰ ਉੜ ਗਏ ਵੀ ਟਾਟਾ ਛੋ ਮਦਾਨਾ ਕੋਈ ਹੈ ਨਹੀਂ ਇਹ ਆ ਗੱਡੀ ਜਾਉਣਗੇ ਪਰ ਤੂੰ ਚੁੱਪ ਕਰ ਜਾ ਆ ਮੇਰੇ ਭਰਾਵਾਂ ਬਾਰੇ ਨਾ ਕੁਛ ਨਾ ਬੋਲੀ ਅਗਲੇ ਸਰਦਾਰ ਹੁੰਦੇ ਆ ਸਰਦਾਰ ਮਲੰਗਾ ਨਾਂਗਾ ਤੇ ਨੰਬਰ ਦੇ ਦਿਹਾੜੀ ਨਹੀਂ ਜਾਂਦੇ ਕਿਸੇ ਨਾਲ ਛੀਰੀ ਨਹੀਂ ਰਹਿਣਦੇ ਛੱਜੇ ਰਹਿ ਕੇ ਤੂੰ ਮੇਰੀ ਗੱਲ ਸੁਣ ਬੜਾ ਨਾ ਬੋਲਿਆ ਕਰ ਬਈ ਤੂੰ ਵੀ ਬੋਲਾ ਨਾ ਬੋਲ ਆ ਮੇਰੇ ਤੋਂ ਖਾਖਾਈਆਂ ਨਚਣ ਵਾਲੀਆਂ ਆਉਂਦੀਆਂ ਤੂੰ ਹੱਥ ਲਾ ਕੇ ਦਿਖਾ ਲੈ ਲਾਤਾ ਹੁਣ ਫੇਰ ਲਾ ਕੇ ਦਿਖਾ ਲੈ ਲਾਤਾ ਇੱਕ ਵਾਰੀ ਹੋਰ ਲਾ ਕੇ ਦਿਖਾ ਲੈ ਲਾਤਾ ਨਾ ਮੇਰਿਆ ਸਾਲਿਆ ਹੱਥ ਲਵਾ ਲਵਾ ਕੇ ਛਿੱਤਰ ਤਾਂ ਖਾਈ ਜਾਂਦਾ ਨਾ ਹੋਰ ਕਿੰਨੇ ਕੱਥ ਲਵਾਏਗਾ ਉਹ ਗੱਜੂ ਮੇਰੀ ਭੈਣ ਤੋਂ ਛਿੱਤਰ ਖਾਈ ਗਿਆ ਹੁਣ ਇਹ ਖਾਈ ਜਾਂਦਾ ਤੇਰੀ ਭੈਣ ਨਾਲ ਤਾਂ ਪਿਆਰ ਹੀ ਵੱਖਰਾ ਸੀ ਉਹ ਫਿਰ ਇਹਦਾ ਵੀ ਓਨਾ ਹੀ ਹੈ ਨਾ ਤੂੰ ਮਾਰੇਗਾ ਮੈਨੂੰ ਨਾ ਇੱਥੇ ਮਸ਼ੀਨ 'ਚ ਘਾਟਾ ਦੇ ਕੇ ਵੜ ਦੂੰ ਮੈਂ ਤੇਰਾ ਮੈਨੂੰ ਤੂੰ ਲਾ ਕੇ ਲਗਾ ਫਿਰ ਤੂੰ ਆ ਜਾ ਉਹ ਤਰੇ ਵਿਆਹ ਤਰਿਆ ਮੇਰੇ ਪੰਜਰੇ ਦੇ ਬੁੜੇ ਕਾਸਨ ਨੇ ਚੱਲ ਛੱਡੋ ਹੁਣ ਛੱਡੋ ਬੱਚ ਕਰੋ ਹੁਣ ਤੁਸੀਂ ਲੜੀ ਜਾਂਦੇ ਹੋ ਇਹਦੇ ਚਿੱਤਰ ਪਾਇਆ ਮੈਂ ਨਹੀਂ ਮੇਰੀ ਬੇਇੱਜ਼ਤੀ ਕਰੀ ਜਾਂਦੇ ਆ ਵਿਆਹ ਚ ਬਾਈ ਠੀਕ ਹੈ ਉਹ ਕੀ ਗੱਲ ਹੋ ਗਈ ਭਾਈ ਨਾ ਕੁਛ ਨਹੀਂ ਮਾਮਾ ਆ ਨਿੱਤ ਦਿਹਾੜੀ ਖੇਖਣ ਜੇ ਕਰਦਾ ਰਹਿੰਦਾ ਇਹ ਉਹ ਚੱਲ ਕੋਈ ਨਹੀਂ ਚੱਲ ਅੰਦਰ ਚੱਲ ਆ ਜਾ ਇਹਨਾਂ ਦਾ ਇਹੀ ਹਾਲ ਰਹਿੰਦਾ ਆਪਾਂ ਕੰਮ ਕਰਨਾ ਸੱਚੀ ਗੱਲ ਆ ਭਾਨੋ ਮੈਂ ਤਾਂ ਤੈਨੂੰ ਬਾਹਲਾ ਹੀ ਪਿਆਰ ਕਰਦੀ ਸੀ ਆ ਤੂੰ ਮੇਰੇ ਨਾਲ ਜਿੰਨਾ ਮਰਜ਼ੀ ਕਟੋਲਾ ਕਰਦੀ ਰਹਿੰਦੀ ਸੀ ਜਿੰਨਾ ਮਰਜ਼ੀ ਲੜਦੀ ਰਹਿੰਦੀ ਸੀ ਮੈਂ ਕਦੀ ਨਹੀਂ ਬੁਰਾ ਮੰਨਿਆ ਤੇਰਾ ਆ ਉੱਪਰ ਉੱਪਰ ਮੈਂ ਤੈਨੂੰ ਜੋ ਮਰਜ਼ੀ ਕਹਿ ਲਈ ਸੀ ਕੋਈ ਨਹੀਂ ਭਾਪੀ ਦਿਲ ਤਾਂ ਤੈਨੂੰ ਹੜੇ ਲੜਾ ਹੀ ਪਾਉਂਦਾ ਮੈਂ ਤਾਂ ਅਸਲ ਨੂੰ ਪਗਾਨਾ ਤਾਂ ਨਾ ਦੂਜੇ ਦਾ ਘਰ ਜਾਣਾ ਹੀ ਜਾਣਾ ਮੈਂ ਕਹਿੰਦਾ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਆ ਨਾ ਭੈਣੇ ਮੰਨ ਲਈ ਵੀਰੇ ਆ ਤੂੰ ਕੈਨੇਡਾ ਜਾਏਂਗੀ ਨਾ ਹੁਣ ਤਾਂ ਛੱਡ ਦੇ ਆ ਫੋਨ ਤੂੰ ਬਾਹਰ ਚਲੀ ਜਾ ਕੈਨੇਡਾ ਜਾ ਕੇ ਆ ਫੇਸਬੁੱਕ ਦੇ ਚੱਕਰਾਂ 'ਚ ਨਾ ਪਏ ਆ ਵਟਸਐਪ ਫੇਸਬੁੱਕ ਨਾ ਇਹਨਾਂ ਚੀਜ਼ਾਂ ਤੋਂ ਦੂਰ ਰਹੀ ਬਾਹਰ ਜਾ ਕੇ ਮੁੰਡਿਆਂ ਦੇ ਲੱਛਣ ਨਾ ਕਰੀ ਅੱਗੇ ਮੈਂ ਨਿਕਲ ਗਈ ਸੀ ਤੂੰ ਮੈਨੂੰ ਮਾਰ ਕੇ ਲਿਆਈ ਆ ਭਾਬੀ ਤੂੰ ਆਪ ਹੀ ਆਹ ਜੀਆਂ ਗੱਲਾਂ ਕਰ ਕਮਰ ਕਹਾ ਹੈ ਝੰਡੜਾ ਆਈ ਵਾਲੀਆਂ ਗੱਲਾਂ ਕਰੀ ਜਾਂਦੀ ਨਾ ਭਾਨੋ ਮੈਂ ਕਾਹਨੂੰ ਲੜਨਾ ਤੇਰੇ ਨਾਲ ਲਾਗੀ ਨਾ ਲੜਨ ਨਾ ਮੈਂ ਤੇਰੇ ਨਾਲ ਕੋਈ ਲੜਾਈ ਨਹੀਂ ਕਰਨੀ ਤੂੰ ਤਾਂ ਮੇਰੀ ਬਾੜੀ ਚੰਗੀ ਆ ਨੀ ਭੈਣੇ ਨਾ ਨਾਨੇ ਬਸ ਕੋਈ ਕੋਈ ਗੱਲ ਨਹੀਂ ਜੇ ਤੁਹਾਨੂੰ ਗੱਲਾਂ ਚ ਨਹੀਂ ਨਾ ਮੈਂ ਨਹੀਂ ਲੜਦੀ ਦੇਖ ਭਾਬੀ ਪਿਆਰ ਕੋਈ ਗੱਲ ਨਹੀਂ ਦੇਖ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਦੇਖ ਮੇਰਾ ਮੁੜ ਕੇ ਮੇਰਾ ਪੱਪ ਕਰਿਆ ਹੋਊਗਾ ਹਨਾ ਫਿਰ ਗੱਲ ਲੱਗ ਕੇ ਮੈਂ ਤੈਨੂੰ ਰੋਇਆ ਨਹੀਂ ਜਾਣਾ ਮੇਰਾ ਮੇਰਾ ਪੱਪ ਖਰਾਬ ਹੋ ਜਿਹੜਾ ਰੋਇਆ ਗਾ ਬਸ ਠੀਕ ਆ ਇੱਧਰ ਕੰਮ ਆਪਣੀ ਕੁੜੀ ਦਾ ਵਿਆਹ ਹੋਏ ਆ ਜੋਗਰਾਜ ਨੂੰ ਪਿੱਛੋਂ ਕੱਢ ਦੇ ਉੱਥੇ ਬਿਠਾਇਆ ਕੁੜੀ ਦਾ ਕੰਮ ਹੈ ਕਹਿੰਦਾ ਹੋਰ ਨਾ ਬਰਾਤ ਬਾਪ ਸਮੋੜ ਦੀ ਮੈਂ ਤੈਨੂੰ ਕਿਹਾ ਸੀ ਇਹਨੂੰ ਨਾ ਛੱਡ ਨਾ ਛੱਡ ਬਾਕੀ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਵੀ ਆਪਣੀ ਭਾਨੋ ਦਾ ਵਿਆਹ ਕੈਨੇਡਾ 'ਚ ਪੱਕਾ ਹੋ ਗਿਆ ਸਾਰਿਆਂ ਨੂੰ ਵਧਾਈਆਂ ਬਹੁਤ ਸੋ ਪਹਿਲਾਂ ਤਾਂ ਅਸੀਂ ਸਕੀਮ ਕਰੀ ਸੀ ਵੀ ਇੱਕ ਟੱਪਾ ਕਹਿੰਦਾ ਆਪਾਂ ਕੁੜੀ ਦਾ ਵਿਆਹ ਬੰਬੇ ਕਰੀਏ ਫਿਰ ਸੋਚਿਆ ਆਪਾਂ ਲੈਂਡਮਾਰਕ 'ਚ ਜਿੱਤ ਬਾਲ ਕਰ ਲਈਏ ਉਹ ਵੀ ਬੁੱਕ ਸੀ ਆਪਾਂ ਨੂੰ ਮਿਲਿਆ ਨਹੀਂ ਸੋ ਕੈਨੇਡਾ ਵਾਲਾ ਪ੍ਰਾਹੁਣਾ ਉਹ ਕਹਿੰਦਾ ਪਾਪਾ ਜੀ ਮੈਂ ਤਾਂ ਪਿੰਡ 'ਚ ਵਿਆਹ ਕਰਾਉਣਾ ਪਿੰਡ 'ਚ ਘਰੇ 'ਚ ਆਨੀਆਂ ਲਾਓ ਸੋ ਵੇਟਰ ਵੀ ਅਸੀਂ ਬੰਬੇ ਤੋਂ ਬੁਲਾਉਣਾ ਚਾਹੁੰਦੇ ਸੀ ਫਿਰ ਮੈਨੂੰ ਇਹ ਕਹਿੰਦੀ ਮੇਰੇ ਭਰਾ ਵੇਟਰਾਂ ਦਾ ਹੀ ਕੰਮ ਕਰਦੇ ਆ ਕੋਈ ਗੱਲ ਨਹੀਂ ਘਰੇ ਵਿਆਹ ਰੱਖਿਆ ਕੈਨੇਡਾ 'ਚੋਂ ਆਇਆ ਸਾਰੇ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਲਓ
सब ने अंग्रेजी बोली है। बाथरूम दा इज द गो एंड द स्लो एंड एंड ही इज सी एंड की क्या की रहे मैं थोड़ी जी अंग्रेजी बद बोल गया मतलब कुछ अंग्रेजी च गल सारी आप तू समझाओ मेरा लड्डू पुत्र समझाऊगा समझा पुत्ते ਮੈਨੂੰ ਕੀ ਪਤਾ ਯਾਰ ਮੈਂ ਸਕੂਲ ਕੀ ਉੱਥੇ ਜਾਣਾ ਕਰਨੀ ਭੇਜੀ ਕੀ ਪਤਾ ਯਾਰ ਉਹ ਭੰਨਾ ਤੂੰ ਸੌਖੇ ਤਰੀਕੇ ਨਾਲ ਸਮਝਾ ਯਾਰ ਓਕੇ ਓਕੇ ਪਾਪਾ ਓਕੇ ਉਹਨਾਂ ਨੇ ਅੰਗਰੇਜ਼ੀ ਚ ਬਾਜ ਮਾਰਨੀਆਂ ਓਏ ਆਓ ਏ ਤੁਸੀਂ ਆਏ ਨਹੀਂ ਕਿਹੜਾ ਹੋਇਆ ਤੁਸੀਂ ਵੀ ਅੰਗਰੇਜ਼ੀ ਚ ਬਾਜ ਮਾਰਨੀਆਂ ਆਇਆ ਕਿਵੇਂ ਕਹਣਾ ਆਇਆ ਹਾਂ ਅੰਗਰੇਜ਼ੀ ਚ ਗੱਲ ਕਰਨੀ ਆ ਕੰਮ ਗੋ ਸਲੋ ਸਾਰਾ ਕੁਛ ਅੰਗਰੇਜ਼ੀ ਚ ਹੀ ਰੱਖਣਾ ਠੀਕ ਆ ਤਿਆਰ ਹੋ ਤਿਆਰ ਹੈ ਲੰਬਾ ਨਾ ਜੇ ਕਿਸੇ ਗੱਲ ਦਾ ਪੁੱਤ ਮੈਂ ਗੱਲ ਕਹਿਣੀ ਸੀ ਕਹਿ ਪਾਪਾ ਮੈਂ ਫਿਰ ਦਾਰੂ ਤੇ ਕੰਟਰੋਲ ਰੱਖਾਂ ਓਏ ਓਏ ਤੇਰਾ ਮੂਰੇ ਬੰਨੇ ਹੱਥ ਸ਼ਰਾਬ ਤੇ ਕੰਟਰੋਲ ਰੱਖਾਂ ਤੂੰ ਸ਼ਰਾਬ ਤੇ ਕਾਹਦਾ ਕੰਟਰੋਲ ਰੱਖੇਗਾ ਸਾਰੀ ਪੀ ਜਾਏਗਾ ਓ ਮੇਰੇ ਸੋਇਆ ਮੈਂ ਕਹਿੰਦਾ ਮੈਂ ਆਪਣੇ ਆਪ ਤੇ ਕੰਟਰੋਲ ਰੱਖਾਂ ਹਾਂ ਵੈਰੀ ਗੁੱਡ ਪਾਪਾ ਜੀ ਆਪ ਦੇ ਆਪ ਦੇ ਕੰਟਰੋਲ ਰੱਖਿਓ ਤਿਆਰ ਹੋ ਕੋਈ ਅੰਗਰੇਜ਼ੀ ਚ ਸਵਾਲ ਪੁੱਛਣਾ ਹੋਵੇ ਤਾਂ ਪੁੱਛ ਪਾਲਿਆ 10 ਸਾਲ ਹੋ ਗਏ ਸਰਪੰਚੀ ਨੂੰ ਮੈਂ ਸਾਰੇ ਪਿੰਡ ਦੇ ਫੰਕਸ਼ਨਾਂ ਤੇ ਜਾਣਾ ਬੇਫਿਕਰ ਰਹਿ ਮੈਂ ਸਾਰਿਆਂ ਦੀ ਨਿਗਾਹ ਰੱਖੂ ਕੱਲੇ ਕੱਲੇ ਦੀ ਨਿਗਾਹ ਰੱਖੂ ਕਿਹੜਾ ਅੰਗਰੇਜ਼ੀ ਬੋਲਦਾ ਕਿਹੜਾ ਨਹੀਂ ਬੋਲਦਾ ਬੇਫਿਕਰ ਰਹਿ ਤੂੰ ਓਕੇ ਆਈ ਲਵ ਯੂ ਹਾਂ ਇਹ ਜ਼ਰੂਰ ਰੱਖਣਾ ਯਾ ਜਾ ਥੋੜਾ ਜਿਹਾ ਅਗਲੇ ਨੂੰ ਕਿ ਪੜ੍ਹੀ ਲਿਖੀ ਫੈਮਿਲੀ ਹੈ ਚਲ ਆ ਜਾਓ ਆ ਜਾਓ ਯਾ 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 ਬਟਨਾ ਲਗਾਈ ਰੇ ਬਟਨਾ ਲਗਾਈ ਰੇ ਸ਼ਾਦੀ ਮੇ ਜਾਏਂਗੇ ਰਸਗੁੱਲਾ ਵੀ ਖਾਏਂਗੇ ਅਰੇ ਅੱਛੀ ਤਰ੍ਹਾਂ ਸੇ ਬਟਨਾ ਲਗਾਈ ਰੇ ਬਟਨਾ ਲਗਾਈ ਰੇ ਬਟਨਾ ਲਗਾਈ ਰੇ ਬਟਨਾ ਲਗਾਈ ਰੇ ਕੱਲ ਨੰਬਰਦਾਰ ਕੀ ਸ਼ਾਦੀ ਹੈ ਕੱਲ ਇਸ ਕੀ ਸ਼ਾਦੀ ਹੈ ਕੱਲ ਨੰਬਰਦਾਰ ਕੀ ਸ਼ਾਦੀ ਹੈ ਕੱਲ ਕੀ ਸ਼ਾਦੀ ਹੈ ਸ਼ਾਦੀ ਮੇ ਜਾਏਂਗੇ ਭੰਗੜਾ ਵੀ ਪਾਏਂਗੇ ਅਰੇ ਸ਼ਾਦੀ ਮੇ ਜਾਏਂਗੇ ਭੰਗੜਾ ਵੀ ਪਾਏਂਗੇ ਦਾਰੂ ਵੀ ਪੀਏਂਗੇ ਮੁਤਬਾ ਵੀ ਕਰੇਂਗੇ ਦਾਰੂ ਵੀ ਪੀਏਂਗੇ ਮੁਤਬਾ ਵੀ ਕਰੇਂਗੇ ਸ਼ਾਦੀ ਮੇ ਜਾਏਂਗੇ ਭੰਗੜਾ ਵੀ ਪਾਏਂਗੇ ਅਰੇ ਸ਼ਾਦੀ ਮੇ ਜਾਏਂਗੇ ਭੰਗੜਾ ਵੀ ਪਾਏਂਗੇ अबे ये साला मरेगा हमें भी मराएगा ये साला भौंका रे कुत्ता कहे भौंका रे ਆਈ ਤੇ ਤੂੰ ਹਾਲਾ ਗੇ ਮਾਰੇ ਆਈ ਤੇ ਆਈ ਤੇ ਤੂੰ ਹਾਲਾ ਗੇ ਮਾਰੇ ਆਈ ਤੇ
अरे भाई दूल्हा गिर गया रे। अरे आओ रे, आओ जल्दी आओ। अरे चलो भाई चलो। डर गए? अब एक बात का खास ध्यान रखियो, आप पे हिंदी नहीं बोलनी है। हम लोग पूर्णिया से नहीं आए, हम लोग आए हैं कनाडा से। और एक बात का और खास ध्यान रखियो। अरे चावल जो खाने है ना, वो चम्मच के साथ खाने हैं, ऐसे ऐसे नहीं खाने हैं। हमरा पता चल जाएगा। या, 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 या। और रसगुल्ला, गुलाब जामुन, ये सब चीजों को घट खाना है। क्या खाना है? घट खाना है। और सब्जी भाजी सब खा लो, ठीक है। मतलब एक बात का ध्यान रखियो कि चावल घट खाना हैगी। चलो अब चलते हैं। अभी भी रुक जाओ, मुझे मालूम पड़ा है लड़की का भाई बहुत बड़ा बदमाश है, सबको काट डालेगा। वापस चले जाओ। चलो। अरे अभी सोच लो। अरे तू चल, नंबरदार सोच के आए हैं। मैं प्यो मन दिया। जिदा हुण मुंडे दा परा कड्डो ते कुड़ी दा परा फाना। भाई तू भी दे दे 2000 भाई। मैं रख दिना। इधर निगाह कर, नोटां च ध्यान रहिंदा। हुण मुंडे दा मामा ते कुड़ी दा मामा, हुण कराओ मिलनी। जिदा हुण मुंडे दा यार कड्डो ते है जो कुड़ी दा यार कड्डो। हाय तू की कहता मामा, तेनु शर्म नहीं आउंदी कुड़ी दे यार? मेरे तो कोई फ्रेंड नहीं, मेरे तो कल्ले ही हम। जिदा किदा सेलिया कनेडा तो आए है, दूरों चाह पीने बन दी है, अंग्रेजी च बोल। ओके मैं अंग्रेजी दस दें। आ जाओ जिदा जिदा तुसी चाह पीओ। चलो चलो आपने खाई गई। आज चुकी देना फटा। लड्डू यार गल की है, अपने पंजाबी दा कई फट्टे चक दे, एदा एक ही फट्टा चक रहे जे। हां मैं सब करी ना करया कर, चुत्तर खाएगा मच्चे। ए गल था पहले
ਪਿਓ ਵੀ ਛਿੱਤਰ ਮਾਰਦਾ ਰਿਹਾ, ਤੇਰੀ ਮਾਂ ਮਾਰਦੀ ਰਿਹਾ, ਹੁਣ ਤੂੰ ਛਿੱਤਰ ਮਾਰਦਾ ਰਹੇਗਾ। ਕੋਈ ਨੀ ਮੇਰੇ ਸਾਡੇ ਵਿਆਹ ਲੰਘ ਲੈਣ ਦੇ, ਤੇਰੇ ਮੈਂ ਕਰੂੰ ਟੁਟੇ ਟੁਟੇ। ਆਓ ਬੋਲ ਕੇ ਲਿਆ ਖਾਓ। ਹਾਲੀ ਹਾਲੀ ਖਾਓ। शुक्र है दात्या, तेरा लख लख शुक्र है। एडे वड्डे खानदान दे नाल मिलाता, साडी पानो दे तां पाग खुल गए। रज्जे पुज्जे लोग कनेडा वाले। हेलो, खाओ। पुत कुड़िया रुकी है। ਜਿੱਦਾਂ ਕਿ ਤੱਕ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ? ਨਾ ਨਾ, ਦੇਖੋ ਸ਼ਰਮਾਨਾ ਨਹੀਂ, ਅਗਰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਪਲੀਜ਼ ਮੈਨੂੰ ਦੱਸ ਸਕਦੇ ਹੋ, ਮੈਂ ਅਵੇਲੇਬਲ ਆ। ਯਾ ਯਾ ਯਾ, ਰਾਈਸ ਕਿੱਥੇ? ਰਾਈਸ 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 ਉਹ ਕੀ ਹੁੰਦਾ ਆ? ਚਾਵਲ 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 ਚਾਵਲ, ਉਹ ਤਾਂ ਜਿੱਦਾਂ ਕਿ ਤੱਕ ਤੁਹਾਨੂੰ ਰੋਟੀ ਦੇ ਨਾਲ ਹੀ ਮਿਲਣਗੇ ਨਾ। ਉਹ ਤਾਂ ਭੁੱਲ ਹੀ ਗਏ ਥੇ ਕਿ ਰੋਟੀ ਵੀ ਖਾਣੀ ਹੈ। ये नहीं किया, ग्रेज आई कर दे होंगे। मैं नहीं, मैं भी आई करूंगा। आई करिए आप। नजारे आ गया अब तो पछड़ा जब तोड़ बताड़ पूछ के आइए। और कोई तकलीफ तो नहीं है? नो नो। कनाडा विच किथे रहंदे हो? टोरंटो। टोरंटो विच किथे? पूर्णिया। पूर्णिया 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 पूर्णिया। दस साल हो गए सरपंची नू, गड़बड़ लगती है कोई। भाले ना गल कर। अबे मैं गल की है? भाले मेरी गल सुन ला। हैं भाले तो पकौड़े का खर्च होया कला जा, हटा टुटदा हाले भी तू देख ला। ਕਿਹੜੇ ਸਾਹੀ ਪੱਗਾਂ ਬੰਨੀ ਬੈਠੇ ਆ ਇਹ? ਮੈਂ ਮੇਰਾ ਮਤਲਬ ਇਹ ਕਨੇਡਾ ਸਾਹੀ ਪੱਗਾਂ, ਇਹ ਨਵੇਂ ਨਵੇਂ ਡਿਜ਼ਾਇਨ ਚੱਲਦੇ ਨੇ, ਗਾਣੇ ਨਵੇਂ ਨਵੇਂ ਡਿਜ਼ਾਇਨਾਂ ਦੇ ਆਉਂਦੇ ਆ। ਉਹ ਮੈਂ ਪੱਗਾਂ ਵੀ ਉਹ ਮੈਂ ਕਨੇਡਾ ਦਾ ਡਿਜ਼ਾਇਨ ਹੈ, ਕਨੇਡਾ ਸਾਹੀ ਪੱਗ ਹੈ। ਆਪਣੀ ਭਾਨੋ ਦਾ ਵਿਚੋਲਾ, ਆਪਣੀ ਭਾਨੋ ਦਾ ਵਿਚੋਲਾ ਆਪਣਾ। ਓ ਯਾਰ, ਕਰਜੀ ਇਹਨੂੰ ਫੜਾਉਣੀ ਸੀ ਤੂੰ ਯਾਰ। ਓਏ ਟੈਂਟ ਸਹੀ ਤਰੀਕੇ ਨਾਲ ਬੰਨ ਕੁੱਤੇ ਦੇ ਮੂੰਹ ਵਾਲਿਆ। जी पैर भाई नहीं है। आंटी जी एक मिनट तनिक बात सुनियो। आंटी जी पैर दिया फसवा दी दाने तैनू अखाच को आकरे होया कोन दी जवा आकड़ी नु आंटी जी दसी जांदा ये क्या कह रहे हैं पता नहीं चलता है, मगर आंटी बड़े प्यार से बोल रहे हैं। अब बात ये है कि मैंने बात करनी है वो भानकर से। ਭਾਨਕਰ ਸੇ? ਮੇਕਅਪ ਨਹੀਂ ਕਰਿਆ ਇਹਨੂੰ ਮੈਂ, ਮੇਕਅਪ ਤਾਂ ਬਿਨਾਂ ਨਹੀਂ ਦੇਖਣਾ ਹੁੰਦਾ। ਓਏ ਅੰਦਰ ਆ, ਵਿਆਹ ਤਾਂ ਪਹਿਲਾਂ ਨਹੀਂ ਮਿਲ ਸਕਦੀ ਵਾ। ਨਹੀਂ ਆਪ ਗਲਤ ਸਮਝ ਗਏ, ਇਹ ਦੇਖੀ ਨਾ ਇਹ ਐਨਕ ਵਾਲੀ ਚੋਰੀ ਤੇ ਬਾਤ ਕਰ ਰਹੀ ਹੈ। ਨਹੀਂ ਬੇੜਾ ਬਹਿਣੀ ਆਪਦੀ ਫੋਟੋ ਲਾ ਕੇ ਨਹੀਂ ਆਏ, ਇਹ ਤੇਰਾ ਬੇੜਾ ਬਹਿ ਜੇ ਬੈਤਲੇ, ਜੇ ਹੁਣ ਇਹਨੂੰ ਪਤਾ ਲੱਗ ਗਿਆ ਤਾਂ ਰਵਲਾ ਪੈ ਜੂਗਾ। ਵਿਆਹ ਤੋਂ ਪਹਿਲਾਂ ਤੁਸੀਂ ਨਹੀਂ ਮਿਲ ਸਕਦੇ ਗੇ, ਵਿਆਹ ਤਾਂ ਮਗਰ ਜੋ ਮਰਜ਼ੀ ਕਰੀ ਜਾਇਓ। ਜਿੱਦਾਂ ਕਿੱਦਾਂ ਕੀ ਕਹਿ ਗਈ? ਮੈਨੂੰ ਤਾਂ ਸਮਝ ਆ ਨਹੀਂ ਆਇਆ। ਹੋਰ ਪੁੱਛ ਲੈਣੇ ਆ ਕਿਸੇ ਨੂੰ, ਜਿੱਦਾਂ ਕਿੱਦਾਂ ਇੱਦਾਂ ਚੱਲੀਏ ਫਿਰ ਆਪਾਂ। ਓ ਬਾਮਣਾ, ਹਾਂਜੀ ਮਾਤਰ ਜੀ। ਉਵੇਂ ਆ,
दारू का कीता प्रबंध अंदर की पेटी जा ओ वेरी गुड चल के प्रबंध देख ले नहीं तेरा थर गया तेरा कार जा पाएगी तेरा कार जा ठंडा दी मेरा आ बच गया दी मेरा रोटी लगी कि नहीं ओ मेरे अग लगी पैया थनू रोटी दी पैया बचोला दसो पहला कौन है बचोला कौन है बचोला अपने मैनू नहीं पता मैं भीरो नूं पता भीरो डिग्री की अपना ब्राह्मण दारू लेके आया कि नहीं ब्राह्मण तो आंदा पिया पर हुण करांगे की पता किवें लगू कोई नहीं ब्राह्मण नूं दारू लेके आउण दे फिर देने लाउणे आ कुछ जगाड़ अच्छा हां ग्रेजी गाना लग ग्रेजी हां मुझे लगना भी ना ना flowers everywhere I was in paradise and suddenly you were there you make me feel like the most beautiful goddess you make me feel like the most beautiful goddess oh man can't you let me stay in your arms nani nani utt phulla wali sej di hok kehndi si ke bua meri visa bhej di ni tu mani
भैया को का समझते कहा तुम हाँ खेतों में काम कौन करे है भैया पंजाब के ढाबों में काम कौन करे है भैया और पंजाब के मॉलों में फैक्ट्रियों में काम कौन करे है भैया हर पासे भैया दिसनी लुधियाना सारा मल्या अरे हमारे साड़ी जितनी तू देख लेना बलिया सही कहना पापा है ए रेंदी खुंदी कसर बाकी पईया ने कड्डी पईया जिधर देखो पईये ही पईये पईये ही पईये बाकी आ ना फेसबुक ने अपने सारे पंजाब दा बेड़ा गर्क करया पिया दे सही गल कहना बोलिया अब फेसबुक ने बट्टी तेरी पाड़ आ लखा करोड़ा मुंडे कुड़ियां जाली आईडियां बना के कुड़ियां नु बड़े बड़े झूठ बोल के मगर ला लेंदे आ मगर ला के कड के ले जांदे नाले तक खानदान दे छत्या नाश कर जांदे गए नाले सारी उम्र आप रोंदे ए फेसबुक ते व्हाट्सएप ने दा पंजाब दा बेड़ा गर्क करता आहो अखां खोलतियां काका साडियां तो है बस मैं तो यही गल कहना भी आ जेड़ा फेसबुक चलाउण वाले आ कुड़ियां मुंडियां दे मगर लग जांदियां ओ माड़ा जिहा ध्यान नाल देख लिया करो भी यह सही है मुंडा कि नहीं चक के झोला ते भज जांदियां मगर मुड़ के पछतावा पल्ले पै जांदा मेरी भी फेसबुक ते आईडिया फिर आ गई